ਸਸ਼ਿਕਾ ਲੋਕ ਰਣ ਤੇ ਸਵਾਗਤ ਮੈਂ ਰੁਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਨੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸੇਖੋਂ ਸਾਹਿਬ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਸੇਖੋਂ ਸਾਹਿਬ ਤੁਸੀਂ तमाम ਉਮਰ ਰਾਜਨੀਤੀ ਪੜਾਉਂਦੇ ਰਹੇ ਰਾਜਨੀਤੀ ਨੂੰ ਸਮਝਦੇ ਰਹੇ ਤੇ ਰਾਜਨੀਤੀ ਦੀ ਵਿਆਖਿਆ ਕਰਦੇ ਰਹੇ ਇਕਰ ਅੱਜ ਦੇ ਸਮੇਂ ਦੇ ਸੰਦਰਭ ਦੇ ਵਿੱਚ ਆਪਾਂ ਰਾਜਨੀਤੀ ਦੀ ਗੱਲਬਾਤ ਕਰੀਏ ਤਾਂ ਇੱਕ ਤਾਂ ਸਾਡੇ ਸਾਹਮਣੇ ਤਸਵੀਰ ਨਿਕਲ ਕੇ ਆਉਂਦੀ ਹੈ ਨਵੀਂ ਪਾਰਟੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਰੂਲਿੰਗ ਪਾਰ ਦਿੱਲੀ ਦੇ ਵਿੱਚ ਵੀ ਰੂਲਿੰਗ ਉਜੀ ਆਪਣੇ ਸਾਹਮਣੇ ਇੱਕ ਤਸਵੀਰ ਤਸਵੀਰ ਬਣਦੀ ਹੈ ਵੱਡੇ ਪੱਤਰ 6 14 ਤੋਂ ਲੈ ਕੇ ਹੁਣ ਤੱਕ ਭਾਜਪਾ ਦਾ ਰਾਜ ਹੈ 24 ਦੇ ਵਿੱਚ ਵੀ ਆਉਣ ਦੇ ਦਾਅਵੇ ਕਰਦੇ ਨੇ ਇਸ ਦੇ ਪੈਰਲਰ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਭਾਰਤ ਜੋੜੋ ਯਾਤਰਾ ਮੁਹਿੰਮ ਤਹਿਤ ਅੱਗੇ ਵਧ ਰਹੀ ਹੈ तमाम ਅਲੱਗ ਅਲੱਗ ਸਟੇਟਾਂ ਦੇ ਵਿੱਚ ਜਾ ਕੇ ਉਹ ਆਪਣਾ ਪ੍ਰਚਾਰ ਕਰ ਰਹੇ ਨੇ ਆਪਣੀ ਉਹ ਗੱਲ ਰੱਖ ਰਹੇ ਨੇ 100 ਦਿਨ ਹੋ ਚੁੱਕੇ ਨੇ ਹੁਣ ਰਾਜਸਥਾਨ ਦੇ ਵਿੱਚ ਨੇ ਜਨਵਰੀ ਦੇ ਵਿੱਚ ਭਾਰਤ ਜੋੜੋ ਯਾਤਰਾ ਪੰਜਾਬ ਆ ਆ ਇੱਕ ਤਾਂ ਆਪਾਂ ਗੱਲਬਾਤ ਕਰਾਂਗੇ ਭਾਰਤ ਜੋੜੋ ਯਾਤਰਾ ਦੇ ਕਿਉਂਕਿ ਤੁਸੀਂ ਵੀ ਇਸ ਮੂਵਮੈਂਟ ਦੇ ਉੱਤੇ ਲਗਾਤਾਰ ਨਜ਼ਰ ਰੱਖਦੇ ਹੋ ਤੇ ਦੂਜੀ ਆਪਾਂ ਖਾਸ ਕਰਕੇ ਜੋ ਸ਼ੁਰੂ ਦੇ ਵਿੱਚ ਗੱਲ ਕਰਾਂਗੇ ਪ੍ਰੋਫੈਸਰ ਸਾਹਿਬ ਉਹ ਹੈਗੀ ਹੈ ਕਿ ਜੀਰੇ ਫੈਕਟਰੀ ਦਾ ਮਾਮਲਾ ਚੱਲਦਾ ਸਰਾ ਫੈਕਟਰੀ ਦਾ ਆਮ ਆਦਮੀ ਪਾਰਟੀ ਵੱਲੋਂ ਜਾਂ ਸਰਕਾਰ ਵੱਲੋਂ ਕਹਿ ਲਈਏ ਆਪਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕਰਤੀ ਗਈ ਹੈ ਕੀ ਅਰਥ ਸਮਝੀਏ ਅਸੀਂ ਇਸ ਵੱਡੀ ਗਿਣਤੀ ਦੇ ਵਿੱਚ ਉੱਥੇ ਪੁਲਿਸ ਫੋਰਸ ਲਾਉਣਾ ਤੇ ਪਹਿਲਾਂ ਤਾਂ ਪੈ ਕਹ ਲਾਂ ਕਿ ਠੀਕ ਜਿਹੜੀ ਤੁਸੀਂ ਆ ਲਾਸਟ ਗੱਲ ਕੀਤੀ ਆ ਕਿ ਇਹ ਜਿਹੜੀ ਸ਼ਰਾਬ ਫੈਕਟਰੀ ਜ਼ੀਰੇ ਦੇ ਬੇਸੀ ਤੇ ਸ਼ੂਗਰ ਮਿਲ ਹੁੰਦੀ ਸੀ ਸ਼ੂਗਰ ਮਿਲ ਤਾਂ ਸ਼ਾਇਦ ਖਤਮ ਹੋ ਗਈ ਆ ਤੇ ਉੱਥੇ ਹੁਣ ਇਸ ਵੇਲੇ ਇਹਨਾਂ ਨੇ ਅਲਕੋਹਲ ਫੈਕਟਰੀ ਜਾਂ 에ਥਨੋਲ ਜਿਹੜੀ ਬਣਾਉਣ ਵਾਲੀ ਕੋਈ ਫੈਕਟਰੀ ਉਹਦੇ ਵਿੱਚ ਕੰਮ ਕਰਦੀ ਆ ਇਹ ਸ਼ਰਾਬ ਫੈਕਟਰੀ ਵੀ ਇੱਕ ਪੁਰਾਣੇ ਵਿਧਾਇਕ ਦੀ ਹੈਗੀ ਆ ਜਿਹੜੀ ਸ਼ਾਇਦ ਅਕਾਲੀ ਦਲ ਦੇ ਨਾਲ ਸੰਬੰਧਿਤ ਸੀਗਾ ਉਹਦੀ ਫੈਕਟਰੀ ਹੈ ਤੇ ਇਹ ਫੈਕਟਰੀ ਲੰਬੇ ਸਮੇਂ ਤੋਂ ਉੱਥੇ ਚੱਲ ਰਹੀ ਆ ਤੇ ਪਰ ਹੋਇਆ ਕੀ ਉਹਦੇ ਵਿੱਚ ਉਹ ਕਿਸ ਕਿਸਮ ਦੀ ਸਰਕਾਰਾਂ ਨਹੀਂ ਆ ਜਿਹੜਾ ਖਾਸ ਕਰਕੇ ਕੁਝ ਮੁੱਦੇ ਹੁੰਦੇ ਜਦੋਂ ਫੈਕਟਰੀ ਲੱਗਦੀ ਹੈ ਤਾਂ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੁੰਦੀ ਕਿ ਫੈਕਟਰੀ ਪਾਣੀ ਕਿੰਨਾ ਖੱਡੂਗੀ ਔਰ ਪਾਣੀ ਜਿਹੜਾ ਯੂਜ਼ ਕਰੂਗੀ ਉਹਦਾ ਡਿਸਪੋਜ਼ਲ ਕਿੰਨਾ ਕਰੂਗੀ ਉਹਨੂੰ ਸਾਫ ਕਿਤਾ ਕਰੂਗੀ ਉਹ ਪਾਣੀ ਦਾ ਯੂਟਿਲਾਈਜੇਸ਼ਨ ਕਿੱਦਾਂ ਹੋਊਗਾ ਹੋਇਆ ਕਿ ਜਿਸ ਕਿਸਮ ਦੇ ਇੱਥੇ ਹਾਲਾਤ ਰਹੇ ਆ ਜਿਸ ਕਿਸਮ ਦੀ ਰਾਜਨੀਤੀ ਰਹੀ ਆ ਉਹ ਗੱਲ ਅਪਰਾਜਨੀਤੀ ਡੈਫੀਨੇਸ਼ਨ ਤੇ ਬਾਅਦ ਵਿੱਚ ਲੈ ਕੇ ਜਾਵਾਂਗੇ ਸਰਕਾਰਾਂ ਨੇ ਕੋਈ ਇਸ ਐਜੰਡਾ ਬਣਿਆ ਹੀ ਨਹੀਂਗਾ ਕਿ ਇਹ ਜਿਹੜਾ ਚੱਲ ਰਿਹਾ ਹੈਗਾ ਕਾਰੋਬਾਰ ਜਾਂ ਜੇ ਫੈਕਟਰੀ ਚੱਲੀ ਹੈ ਇੰਡਸਟਰੀ ਚੱਲੀ ਹੈ ਇੰਡਸਟਰੀ ਦੀ ਸਾਨੂੰ ਬਹੁਤ ਲੋੜ ਹੈਗੀ ਆ ਤੇ ਇਹਦੇ ਮਾੜੇ ਪ੍ਰਭਾਵ ਤੇ ਕਿਤੇ ਉੱਥੇ ਦੇ ਆਲੇ-ਦੁਆਲੇ ਦੇ ਰਹਿਣ ਵਾਲੇ ਲੋਕਾਂ ਦੇ ਉੱਤੇ ਤੇ ਨਹੀਂ ਪੈ ਰਹੇ ਚਾਹੇ ਉਹ এনवायरमेंट ਦੇ ਤੌਰ ਤੇ ਹੋਤੀ ਹੈ ਚਾਹੇ ਪਾਣੀ ਦੇ ਤੌਰ ਤੇ ਤੋਂ ਇਹ ਤਾਂ ਅਸੀਂ ਕਈ ਥਾਵਾਂ ਤੇ ਦੇਖਿਆ ਸੀ ਲੁਧਿਆਣਾ ਵੀ ਹੋਇਆ ਸੀਗਾ ਇੱਥੇ ਵੀ ਹੋਇਆ ਸੀ ਜਿਹੜੇ ਸਾਡਾ ਕਈ ਵਾਰੀ ਪ੍ਰਾ ਹੈਗੇ ਇੰਡਸਟਰੀਅਲ ਪ੍ਰਾ ਹੈਗੇ ਆ ਜਾਂ ਕਈ ਤਰੀਕੇ ਦੇ ਨਾਲ ਉਹ ਜਿਹੜਾ ਡਿਸਪੋਜ਼ਲ ਦਾ ਕੰਮ ਕਰਨਾ ਚਾਹੀਦਾ ਜਾਂ ਟ੍ਰੀਟਮੈਂਟ ਪਲਾਂਟ ਲਾਉਣੇ ਚਾਹੀਦੇ ਆ ਉਦਾਂ ਦੇ ਪਲਾਂਟ ਨਾ ਲੱਗ ਕੇ ਤੇ ਫਿਰ ਉਹ ਜਿਹੜਾ ਪਾਣੀ ਕਿਤੇ ਨਾ ਕਿਤੇ ਸੁੱਟਣਾ ਪੈਂਦਾ ਵਾ ਉਹ ਪਾਣੀ ਸੁੱਟ ਦਿੰਦੇ ਆ ਤੋ ਕਈ ਵਾਰੀ ਤਾਂ ਐਵੀਂ ਦੇਖਣ ਚ ਆਇਆ ਵੀ ਉਹ ਪਾਣੀ ਸਿੱਧਾ ਜ਼ਮੀਨ ਦੇ ਵਿੱਚ ਡੂੰਘਾ ਟੋਆ ਪੁੱਟ ਕੇ ਬੋਰ ਕਰਕੇ ਜਿੰਨਾ ਰੀਚਾਰਜ ਕਰੀਦਾ ਵਾਟਰ ਉਹਦੇ ਵਿੱਚ ਪਾ ਦਿੰਦੇ ਆ ਸ਼ਾਇਦ ਇਹੋ ਜਿਹਾ ਮਸਲਾ ਇਸ ਜਿਹੜਾ ਜਿਹੜੀ ਫੈਕਟਰੀ ਸੀ ਦੇ ਹਲੇ ਦੁਆਲੇ ਦੇ ਵਿੱਚ ਆਇਆ ਕਿ ਜਦੋਂ ਲੋਕਾਂ ਦੇ ਖੇਤਾਂ ਨੂੰ ਪਾਣੀ ਕੱਢਿਆ ਉਹਨਾਂ ਨੇ ਜਾਂ ਉਹ ਜਿਹੜਾ ਸੀ ਘਰਾਂ ਦੇ ਵਿੱਚ ਪੀਣ ਵਾਲਾ ਪਾਣੀ ਆਇਆ ਤਾਂ ਉਹ ਪਾਣੀ ਦੀ ਕੁਆਲਿਟੀ ਬਹੁਤ ਲੋਅ ਸੀ ਔਰ ਸ਼ਾਇਦ ਸਰਕਾਰ ਨੇ ਜਿਹੜਾ ਉਸ ਪਾਸੇ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਕਿ ਜਿਹੜਾ ਪਾਣੀ ਨਿਕਲਦਾ ਹੈ ਉਹਨੂੰ ਕਿੱਦਾਂ ਅਸੀਂ ਸਾਫ਼ ਕਰਕੇ ਉਹਨੂੰ ਯੂਟਿਲਾਈਜ਼ ਕੀਤਾ ਜਾਂਦਾ ਇਹ ਤਾਂ ਗੁਰਜਿੰਦਰ ਜੀ ਬਹੁਤ ਸਾਡੇ ਅੱਖੀਂ ਦੇਖਣ ਵਾਲੀ ਗੱਲ ਆ ਕਿ ਅੰਮ੍ਰਿਤਸਰ ਦੇ ਵਿੱਚ ਸਰਦਾਰ ਮਰਮੋਤ ਸਿੰਘ ਗੁਣਾ ਨੇ 700 ਕਰੋੜ ਰੁਪਏ ਸੈਂਕਸ਼ਨ ਕਰਕੇ ਤਾਂ ਤਿੰਨ ਇਥੇ ਟ੍ਰੀਟਮੈਂਟ ਪਲਾਂਟ ਲਾਏ ਆ ਇੱਕ ਟ੍ਰੀਟਮੈਂਟ ਪਲਾਂਟ ਨੂੰ ਅਸੀਂ ਵਿਜ਼ਿਟ ਕੀਤਾ ਔਰ ਉਹ ਬਹੁਤ ਵੱਡਾ ਪਲਾਂਟ ਆ ਜਿਹਦੇ 72 ਏਕੜ ਜ਼ਮੀਨ ਹੈਗੀ ਆ 12 ਏਕੜ 'ਚ ਪਲਾਂਟ ਲੱਗਾ ਹੈ ਉੱਥੇ ਸਾਨੂੰ ਕੋਈ ਵੀ ਬੰਦਾ ਨਹੀਂ ਮਿਲਿਆ ਇੱਕ ਵਿਅਕਤੀ ਮਿਲਿਆ ਜਿਹੜਾ ਪਾਣੀ ਸਾਡੇ ਇਸ ਨਾਲੇ ਤੋਂ ਨਿਕਲਦਾ ਸੀ ਉੱਥੇ ਜਾਂਦਾ ਸੀਗਾ ਉਦਾਂ ਹੀ ਕਰਕੇ ਫਿਰ ਉਸੇ ਨਾਲੇ ਛੁੱਟਿਆ ਜਾ ਰਿਹਾ ਸੀਗਾ ਕਿਸੇ ਨੇ ਬੋਧਰ ਹੀ ਨਹੀਂ ਕੀਤਾ ਉਹਦੇ ਬਾਰੇ ਔਰ ਉਹਦਾ ਜਿਹੜਾ ਚਾਰਜ ਹੈਗੇ ਆ ਜਿਹੜੇ ਪੈਸੇ ਆ ਉਹ ਸਰਕਾਰਾਂ ਤੋਂ ਲਈ ਜਾ ਰਹੇ ਆ ਉਹੀ ਹਿਸਾਬਪੱਤੀ ਵਾਲੀ ਗੱਲ ਬਾਤ ਦੇ ਵਿੱਚ ਅਸੀਂ ਪਤਾ ਲੱਗਾ ਕਿ ਜੋ ਇਹਨਾਂ ਦੇ ਅਧਿਕਾਰੀ ਹੈਗੇ ਆ ਜਾਂ ਦੂਸਰੇ ਤੀਸਰੇ ਆ ਸਾਰੇ ਉਹ ਲਈ ਜਾਂਦੇ ਆ ਸਾਰੇ ਪੰਜਾਬ 'ਚ ਇਹ ਬੇਸਿਕਲੀ ਜਿਹੜਾ ਕ੍ਰਾਈਸਿਸ ਜਿਹੜਾ ਗਵਰਨੈਂਸ ਸੀਗਾ ਧਿਆਨ ਹੀ ਨਹੀਂ ਦਿੱਤਾ ਤੇ ਨਾ ਮੁੱਦਿਆਂ ਵੱਲ ਧਿਆਨ ਹੀ ਨਹੀਂ ਆਇਆ ਔਰ ਫਿਰ ਤੋਹੀ ਐਡੀ ਵੱਡੀ ਫੈਕਟਰੀ ਲਾਈ ਆ ਉਹਦੇ ਵਿੱਚੋਂ ਕਿੰਨਾ ਪਾਣੀ ਉਹ ਕੱਢ ਰਹੀ ਆ ਕਿੰਨਾ ਪਾਣੀ ਜਿਹੜਾ ਮੁੜ ਕੇ ਉਹਦਾ ਉਹਦਾ ਡਿਸਚਾਰਜ ਹੋ ਰਿਹਾ ਉਹ ਡਿਸਚਾਰਜ ਹੋਈ ਪਾਣੀ ਦੀ ਕੁਆਲਿਟੀ ਕੀ ਆ ਉਹ ਕਿੱਥੇ ਯੂਜ਼ ਕੀਤਾ ਜਾਂਦਾ ਇਸੇ ਕਰਕੇ ਅਖੀਰ ਦੇ ਉੱਤੇ ਲੋਕਾਂ ਨੇ ਫਿਰ ਕਿਉਂਕਿ ਜਦੋਂ ਸਰਕਾਰਾਂ ਕੰਮ ਨਹੀਂ ਕਰਦੀਆਂ ਅਨਫੋਰਚੂਨੇਟ ਪਾਰਟ ਹੈਗਾ ਵੀ ਸਰਕਾਰਾਂ ਇੰਨੀ ਇਨਸੈਂਸਿਟਿਵ ਹੋ ਗਈਆਂ ਜਿੰਨਾ ਚਿਰ ਲੋਕੀ ਇਸ ਕਿਸਮ ਦਾ ਐਕਸ਼ਨ ਨਹੀਂ ਲੈਂਦੇ ਕਰਾਉ ਨਹੀਂ ਕਰਦੇ ਧਰਨੇ ਨਹੀਂ ਲਾਉਂਦੇ ਜਾਂ ਰੋਣਾ ਰੱਪਾ ਨਹੀਂ ਪਾਉਂਦੇ ਉਹ ਵੀ ਸਰਕਾਰਾਂ ਨਹੀਂ ਸੁਣਦੀਆਂ ਜਿੰਨਾ ਚਿਰ ਕੋਈ ਕਟਨਾ ਨਹੀਂ ਹੁੰਦੀ ਉਹਨਾਂ ਚਿਰ ਉਹ ਪ੍ਰੋਵਾਈਡ ਨਹੀਂ ਕਰਦੇ ਉਸ ਤਰੀਕੇ ਦੇ ਨਾਲ ਤਾਂ ਇਹ ਫੈਕਟਰੀ ਜਿਹੜੀ ਹੈਗੀ ਆ ਇਹ ਮੁੜ ਕੇ ਹਾਈ ਕੋਰਟ ਦੇ ਵਿੱਚ ਗਈ ਆ ਹਾਈ ਕੋਰਟ ਦੇ ਵਿੱਚ ਜਿਹੜੇ ਉਹਨਾਂ ਨੇ ਸੈਂਪਲ ਲੈ ਕੇ ਗਏ ਵੀ ਉਹਦੇ ਨਾਲ ਪਾਣੀ ਖਰਾਬ ਨਹੀਂ ਹੋਇਆ ਉਹਦੇ ਉੱਤੇ ਕਿਸਾਨਾਂ ਦੀ ਕਿੰਤੂ ਪ੍ਰੰਤੂ ਆ ਕਿਉਂਕਿ ਜਿਹੜੇ ਉਹ ਸੈਂਪਲ ਲੈ ਗਏ ਆ ਸ਼ਾਇਦ ਕਿਸਾਨਾਂ ਨੂੰ ਕੰਫੀਡੈਂਸ ਲੈ ਕੇ ਨਹੀਂ ਲੈ ਗਏ ਕਿਉਂਕਿ ਕਰਪਸ਼ਨ ਵਾਲਾ ਆਲਮ ਹੈ ਤਾਂ ਹਰ ਪਾਸੇ ਇਸ ਕਿਸਮ ਦਾ ਹੈਗਾ ਉਹ ਜਿਹੜੇ ਸੈਂਪਲ ਉੱਥੇ ਰੱਖੇ ਗਏ ਕਿਸਾਨਾਂ ਨੂੰ ਇਸ ਚੀਜ਼ ਦਾ ਡਾਊਟ ਹੈਗਾ ਕਿ ਜਿਹੜੇ ਸੈਂਪਲ ਲੈ ਕੇ ਗਏ ਆ ਉਹ ਅਸਲੀ ਸੈਂਪਲ ਨਹੀਂ ਸੀਗੇ ਜੇ ਸੈਂਪਲ ਲੈਣੇ ਸੀ ਤਾਂ ਕਿਸਾਨ ਭਾਈਚਾਰੇ ਨੂੰ ਨਾਲ ਲੈ ਲੈਂਦੇ ਉਹਨਾਂ ਕੋਈ ਪੜੇ ਲਿਖੇ ਲੋਕ ਹੈਗੇ ਵੀ ਆਹ ਸੀ ਸੈਂਪਲ ਆ ਰਹੇ ਆ ਉਹਨੂੰ ਸੀਲ ਕਰਕੇ ਲੈਬੋਰੀਟਰੀ ਦੇ ਵਿੱਚ ਭੇਜਦੇ ਲੈਬੋਰੀਟਰੀ ਚ ਭੇਜਦੇ ਜੋ ਦੇ ਰਿਜ਼ਲਟ ਆਉਂਦੇ ਤੇ ਕਿਸਾਨਾਂ ਨੂੰ ਕਨਵਿੰਸ ਕਰਦੇ ਉਹ ਉਹਨਾਂ ਨੇ ਆਪਣੇ ਤੌਰ ਤੇ ਸੈਂਪਲ ਭੇਜ ਕੇ ਹਾਈ ਕੋਰਟ ਨੂੰ ਕਹਿੰਦਾ ਜੀ ਇਹਦੇ ਨਾਲ ਪਾਣੀ ਜਿਹੜਾ ਹੈਗਾ ਗੰਧਲਾ ਨਹੀਂ ਹੁੰਦਾ ਕਿਸਾਨ ਰਾਜਨੀਤੀ ਕਰਦੇ ਆ ਤਾਂ ਹਾਈ ਕੋਰਟ ਨੇ ਜਿਹੜਾ ਆਰਡਰ ਦੇ ਦਿੱਤਾ ਵੀ ਇਹ ਜਿਹੜੀ ਇਸ ਕਿਸਮ ਦੀ ਜਿਹੜੀ ਘੇਰਾ ਬੰਦੀ ਆ ਉਹ ਠੀਕ ਨਹੀਂ ਹੈਗੀ ਸਰਕਾਰ ਨੂੰ ਗਿਆ ਉਹਨੂੰ ਤੁਸੀਂ ਦੂਰ ਕਰੋ ਸਰਕਾਰ ਨੇ ਆਪਣੀ ਉੱਥੇ ਜੋ ਵੀ ਫੌਜ ਆ ਜਾਂ ਪੁਲਿਸ ਪੁਲਿਸ ਫੌਜ ਉੱਥੇ ਭੇਜੀ ਆ ਪਰ ਕੀ ਸਰਕਾਰ ਕੋਈ ਨਹੀਂ ਜ਼ਰਤ ਹੈਗੀ ਆ ਕਿ ਜ਼ਬਰਦਸਤੀ ਉਹ ਮੇ ਜਿਹੜਾ ਹੈਗਾ ਵਾ ਉਹ 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 ਠਾ ਦੇਵੇ ਦੂਸਰੇ ਪਾਸੇ ਜਿਹੜਾ ਡਸਟ ਲਿਸਟ ਹੈਗਾ ਵਾ ਉਹਨੇ ਸਰਕਾਰ ਤੋਂ ਪਤਾ ਨਹੀਂ 20 ਕਰੋੜ ਰੁਪਈਆ ਜਿਹੜਾ ਕੰਪਨਸੇਸ਼ਨ ਲੈ ਲਿਆ ਕਿ ਮੇਰੀ ਇਹ ਜਿਹੜੀ ਫੈਕਟਰੀ ਨਹੀਂ ਚੱਲੀ ਤਾਂ ਮੇਰਾ ਕਹਿ ਤੋ ਵੱਡੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਆ ਲੋਕਾਂ ਨੂੰ ਕੌਨਫੀਡੈਂਸ ਲਵੇ ਅੰਡਸਟ ਲਿਸਟ ਨੂੰ ਜ਼ਿੰਮੇਵਾਰ ਬਣਾਵੇ ਦੋਵਾਂ ਨੂੰ ਵਿੱਚ ਬਿਠਾ ਕੇ ਜਿਹੜੇ ਇਹਨਾਂ ਦੇ ਸ਼ੰਕੇ ਹੈਗੇ ਆ ਸ਼ੰਕਾ এনवायरमेंट ਦਾ ਹੀ ਹੈਗਾ ਕਿ ਜੇ এনवायरमेंट ਪੋਲੂਸ਼ਨ ਹੁੰਦਾ ਉਹਨੂੰ ਕਿਦਾਂ ਟਰੀਟ ਕਰਨਾ ਪਲਾਂਟ ਲੱਗਦੇ ਆ ਉਹ ਮਹਿੰਗੇ ਲੱਗਦੇ ਆ ਅੰਡਸਟ ਲਿਸ ਨਹੀਂ ਲਾਉਂਦੇ ਜਾਂ ਜਿਹੜਾ ਪਾਣੀ ਇੱਥੇ ਜਾ ਰਿਹਾ ਵਾ ਉਹਦਾ ਹਿਸਾਬ-ਕਿਤਾਬ ਦੇ ਦੇਣ ਜਾਂ ਜਿਹੜਾ ਪਾਣੀ ਕਿਸਾਨ ਕੱਢਦੇ ਆ ਕੋਈ 100 ਫੁੱਟ ਤੋਂ ਕੱਢਦਾ ਕੋਈ 200 ਫੁੱਟ ਤੋਂ ਕੱਢਦਾ ਉਹਦੇ ਸੈਂਪਲ ਕਿਸਾਨਾਂ ਨੂੰ ਕੋਲ ਨਾਲ ਲੈ ਕੇ ਲੈ ਲੈਣ ਲੈਬਾਰਟਰੀ ਚ ਭੇਜ ਦੇਣ ਤੇ ਤਾਂ ਕਿ ਕਿਸਾਨਾਂ ਨੂੰ ਸ਼ਾਂਤ ਕੀਤਾ ਜਾਵੇ ਜੇ ਜ਼ਬਰਦਸਤੀ ਉਥੋਂ ਉਹਨਾਂ ਨੂੰ ਹਟਾਉਣਗੇ ਤੇ ਫਿਰ ਜ਼ਬਰਦਸਤੀ ਨਾਲ ਕਈ ਕਿਸਮ ਦੀਆਂ ਹੋਰ ਸਮੱਸਿਆਵਾਂ ਜਿਹੜੀਆਂ ਪੈਦਾ ਹੁੰਦੀਆਂ ਜਿਹੜੀਆਂ ਨਾ ਲੋਕਾਂ ਦੇ ਹਿੱਤ ਚ ਨਾ ਸਰਕਾਰ ਦੇ ਹਿੱਤ ਵਾ ਨਾ ਹੀ ਸਾਡੀ ਜਿਹੜੀ ਇੰਡਸਟਰੀ ਹੈਗੀ ਆ ਉਹਦੇ ਹਿੱਤ ਵਿੱਚ ਹੈਗੇ ਆ ਜੇਕਰ ਇੱਕ ਕਾਲ ਸੇ ਖੁਸਾਬ ਹੋਰ ਸਮਝ ਨਹੀਂ ਹੋਵੇ ਕਿ ਪੁਲਿਸ ਫੋਰਸ ਵੱਡੀ ਗਿਣਤੀ ਦੇ ਵਿੱਚ ਦਿਖਾ ਕੇ ਕੀ ਮੈਸੇਜ ਦੇਣਾ ਚਾਹੁੰਦੀ ਹੈ ਸਰਕਾਰ ਡਰਾਉਣਾ ਚਾਹੁੰਦੇ ਲੋਕਾਂ ਨੂੰ ਨਹੀਂ ਮੇਰੇ ਖਿਆਲ ਹਾਈ ਕੋਰਟ ਦਾ ਹੁਕਮ ਹੈ ਜੇ ਉਹ ਹਾਈ ਕੋਰਟ ਦਾ ਹੁਕਮ ਦੀ ਤਮੀਲ ਨਹੀਂ ਹੁੰਦੀ ਤੇ ਫਿਰ ਸਰਕਾਰ ਦੀ ਉੱਥੇ ਫਜ਼ੀਅਤ ਹੁੰਦੀ ਆ ਸਰਕਾਰ ਦੀ ਉੱਥੇ ਕਿਰਕਰੀ ਹੁੰਦੀ ਆ ਤੋਂ ਇਸ ਕਰਕੇ ਸਰਕਾਰ ਕਸੂਤੀ ਪੋਜੀਸ਼ਨ 'ਚ ਫਸੀ ਜਾ ਸਰਕਾਰ ਪਹਿਲੇ ਸਮੇਂ ਦੇ ਉਤੋਂ ਤੇ ਦੇਖਿਆ ਜਦੋਂ ਦੀਆਂ ਗੁਜਰਾਤ ਦੀਆਂ ਇਲੈਕਸ਼ਨ ਸ਼ੁਰੂ ਹੋਈਆਂ ਸੀ 2-3 ਮਹੀਨੇ ਤੋਂ ਖਜਰਾਕ ਸਰਕਾਰ ਤਾਂ ਉੱਥੇ ਬੈਠੀ ਸੀਗੀ ਸਰਕਾਰ ਕੋਈ ਨਾ ਟਾਈਮ ਹੀ ਨਹੀਂ ਹੋਇਆ ਜੋ ਸਰਕਾਰ ਨੇ ਹੋਰ ਝੰਡੇ ਬਹੁਤ ਤਰੀ ਫਿਰਦੇ ਆ ਜਾਂ ਸਰਕਾਰ ਦੀ ਜਿਹੜੀਆਂ ਹੋਰ ਕਈ ਕਿਸਮ ਦੀਆਂ ਜਿਹੜੀਆਂ ਜਿਹੜੀਆਂ ਕੰਪਲਸਨਸ ਹੈਗੀਆਂ ਉਸ ਪਾਸੇ ਲੱਗੀ ਤੁਰਦੀ ਹੈ ਇਹ ਬੜੇ ਸੰਜੀਦਾ ਮਸਲੇ ਹੁੰਦੇ ਐਨਵਾਇਰਨਮੈਂਟ ਬਹੁਤ ਸੰਜੀਦਾ ਮਸਲਾ ਹੈਗਾ ਪਾਣੀ ਬਹੁਤ ਸੰਜੀਦਾ ਮਸਲਾ ਹੈਗਾ ਸਰਕਾਰਾਂ ਨੂੰ ਜਿਹੜੇ ਪ੍ਰਤੀ ਜ਼ਿੰਮੇਵਾਰ ਹੋਣਾ ਚਾਹੀਦਾ ਪਰ ਸਾਡੀਆਂ ਸਰਕਾਰਾਂ ਮੋٹے ਤੌਰ ਤੇ ਕਿ ਵੀ ਐਨੀ ਚਮੜੀ ਮੋਟੀ ਆ ਉਹ ਤਾਂ ਉਹਦਾਂ ਦੀਆਂ ਗੱਲਾਂ ਬਾਤਾਂ ਵੇਹਦੇ ਆ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਲੱਗਦੀਆਂ ਵੀ ਇਹਦਾਂ ਵਾਵਾ ਹੋ ਜਾਂਦੀ ਆ ਲੱਲ ਲੱਲ ਹੋ ਜਾਂਦੀ ਆ ਤੋ ਇਸ ਕਰਕੇ ਇੱਥੇ ਸੈਂਸਿਟੀਵਿਟੀ ਆ ਸਰਕਾਰ ਦੀ ਜਿਹੜੀ ਹੁੰਦੀ ਉਹ ਚੈੱਕ ਹੁੰਦੀ ਆ ਕਿ ਜੇ ਉਹ ਇਨੇ ਚਿਰ ਤੋਂ ਬੈਠੇ ਕਈ ਮਹੀਨਿਆਂ ਤੋਂ ਬੈਠਿਆ 9 ਮਹੀਨਿਆਂ ਦੀ ਸਰਕਾਰ ਵੀ ਬਣੀ ਆ ਹੋ ਸਕਦਾ ਪਹਿਲਾਂ ਦੇ ਵੀ ਬੈਠੇ ਹੋਣ ਉੱਥੇ ਹੋ ਸਕਦਾ ਉਹਨਾਂ ਨੇ ਸਾਲ 2 ਸਾਲ ਪਹਿਲਾਂ ਵੀ ਮੁੱਦਾ ਉਠਾਇਆ ਹੋਵੇ ਕਿਉਂਕਿ ਆਪਾਂ ਇਹ ਤੇ ਦੇਖਦੇ ਨੇ ਵੀ ਟਿਊਬਲਾਂ ਦੇ ਵਿੱਚ ਜਿਹੜਾ ਪਾਣੀ ਆ ਰਿਹਾ ਸੀਗਾ ਉਹ ਪਾਣੀ ਬਹੁਤ ਮਾੜਾ ਸੀ ਸੰਗਰੂਰ ਦੇ ਪਿੰਡਾਂ 'ਚ ਵੀ ਇਸੇ ਤਰੀਕੇ ਨਾਲ ਹੋਇਆ ਤੇ ਲਾਰਜਰ ਇੱਕ ਜਿਹੜਾ ਹੈਗਾ ਸਰਕਾਰ ਨੂੰ ਇੱਕ ਪਰਸਪੈਕਟਿਵ ਦੇ ਵਿੱਚ ਸਮਾ ਸਿਰ ਸੁੱਟ ਕੇ ਐਕਸਪਰਟਾਂ ਨੂੰ ਨਾਲ ਲੈ ਕੇ ਸਟੇਕ ਹোলਡਰ ਸਾਰੇ ਕਿਸਾਨਾਂ ਨੂੰ ਨਾਲ ਲੈ ਕੇ ਕਿਸਾਨ ਮੈਨੂੰ ਨਹੀਂ ਲੱਗਦਾ ਵੀ ਇੰਡਸਟਰੀ ਦੇ ਖਿਲਾਫ ਹੈਗੇ ਆ ਕਿਸਾਨ ਇਹ ਸਰਕਾਰ ਨੂੰ ਮਿਲ ਚਾਲੂ ਕਰ ਦੋ ਗੰਨਾ ਬੀਜੋ ਤੁਸੀਂ ਅੱਜ ਕੱਲ ਐਥਨੋਲ ਦੀ ਬਹੁਤ ਲੋੜ ਹੈਗੀ ਆ ਸਿੱਧੀ ਐਥਨੋਲ ਬਣੇ ਜਾਂ ਜੋ ਵੀ ਸ਼ਰਾਬ ਬਣਾਉਣ ਵਾਲ ਕੋਲਰ ਭਾਵੇਂ ਉਹਦਾ ਸਟੇਟ ਨੂੰ ਰੈਵਨਿਊ ਆਵੇ ਲੋਕਾਂ ਨੂੰ ਇੰਪਲਾਈਮੈਂਟ ਮਿਲੇ ਤੇ ਇਹ ਇਹ ਹੋਣਾ ਚਾਹੀਦਾ ਹੈ ਪਰ ਉਹਨੇ ਜ਼ਿੰਮੇਵਾਰੀ ਸਰਕਾਰ ਦੀ ਹੈ ਜ਼ਬਰਦਸਤੀ ਤੇ ਮੇਰੇ ਖਿਆਲ ਇਹ ਸਰਕਾਰ ਦੇ ਵਸਦਾ ਰੋਗ ਨਹੀਂ ਹੈਗਾ ਜ਼ਬਰਦਸਤੀ ਕਰਨਗੇ ਤਿਆ ਸਮੱਸਿਆ ਹੋਊਗੀ ਉਹ ਸਿਰਫ ਹਾਈ ਕੋਰਟ ਨੇ ਆਰਡਰ ਦਿੱਤੇ ਹਾਈ ਕੋਰਟ ਦੇ ਆਰਡਰ ਦੀ ਤਮੀਲ ਕਰਨੀ ਵੀ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੈਗੀ ਆ ਜੇ ਹਾਈ ਕੋਰਟ ਦੇ ਆਰਡਰ ਦੀ ਤਮੀਲ ਨਹੀਂ ਹੋਊਗੀ ਫੇ ਤਾਂ ਲਾਅਲੈਸਨੈਸ ਵਾਲਾ ਪਾਸਾ ਜਿਹੜਾ ਉਹ ਖੜਾ ਹੋਊਗਾ ਜਾਂ ਹੋਰ ਕਈ ਹੋਰ ਸਵਾਲ ਖੜੇ ਹੋਣਗੇ ਤੁਸੀਂ ਸਿੱਖੋਂ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਿਹੜਾ এনवायरमेंट ਮਸਲਾ ਹੈਗਾ ਇਹ ਬੜਾ ਗੰਭੀਰ ਹੈ ਹੁਣ ਹਾਈ ਕੋਰਟ ਵੱਲੋਂ ਆਹ ਵੀ ਗੱਲ ਕੀਤੀ ਗਈ ਹੈ ਕਿ ਜਿਹੜਾ ਮੁਆਵਜ਼ਾ ਜਾਂ ਕੁਝ ਵੀ ਆਪਾਂ ਕਹਿ ਲਈਏ ਉਸ ਨੂੰ ਜੋ ਫੈਕਟਰੀ ਦੇ ਮਾਲਕ ਨੂੰ ਹਨ ਦਿੱਤਾ ਜਾਊਗਾ ਤੁਸੀਂ 20 ਕਰੋੜ ਦਾ ਜ਼ਿਕਰ ਕੀਤਾ ਦੀ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੂੰ ਪਰ ਨੋ ਕੁਛ ਐਦਾਂ ਦਾ ਨਹੀਂ ਕੋਈ ਉਪਰਾਲਾ ਕੀਤਾ ਗਿਆ ਕਿ ਕੋਈ ਕਮੇਟੀ ਦੀ ਹਦਾਇਤ ਕਰਕੇ ਸਰਕਾਰ ਨੂੰ ਜਾਂ ਕੁਝ ਬੰਦਿਆਂ ਦੇ ਕੁਝ ਬਣਾ ਕੇ ਕਿ ਕਮੇਟੀ ਕੇ ਜਾਂਚ ਹੀ ਕਰਾ ਲਈ ਜਾਵੇ ਕਿ ਸੱਚਮੁੱਚ ਜਿਹੜਾ ਉੱਥੇ ਅਸਰ ਹੈਗਾ ਇਸ ਫੈਕਟਰੀ ਦਾ ਉਹ ਕਿੰਨਾ ਕੁ ਅਸਰ ਹੈ ਇਹ ਜਿਆਦਾ ਸੁਹਿਰਦਨਾ ਹੁੰਦਾ ਜੇ ਐਦਾਂ ਕੁਝ ਹੁੰਦਾ ਨਹੀਂ ਕੋਈ ਵੀ ਇੰਡਸਟਰੀ ਲੱਗਣ ਤੋਂ ਪਹਿਲ ਉੱਥੇ ਇੰਪੈਕਟ ਫੈਕਟਰ ਹੁੰਦਾ ਵਾ ਇਹਦਾ ਆੜੇ ਦਵਾੜੇ ਦੇ ਕਿੰਨੇ ਰੇਡੀਅਸ ਦੇ ਵਿੱਚ ਇਹ ਅਸਰ ਹੋਊਗਾ ਪਰ ਸਰਕਾਰਾਂ ਨੇ ਉਹ ਬੌਧਰੀ ਨਹੀਂ ਕੀਤਾ ਕਿਸੇ ਨੇ ਸੋਚਿਆ ਹੀ ਨਹੀਂ ਇਫੈਕਟ ਹੀ ਅੱਜ ਦੀ ਨਹੀਂ ਲੱਗੀ ਐ ਪਹਿਲਾਂ ਦੀ ਲੱਗੀ ਐ ਕੋਈ ਹੈਲਥ ਹੈਲਥ ਅਸੈਸਮੈਂਟ ਵੀ ਹੁੰਦੀ ਐ ਉਦੋਂ ਦਾ ਕੁਛ ਨਹੀਂ ਸਭ ਕੁਝ ਹੁੰਦਾ ਸਭ ਕੁਝ ਹੁੰਦਾ ਕਾਗਜ਼ਾਦੀ ਸਭ ਕੁਝ ਹੁੰਦਾ ਵਾ ਜੇ ਇੱਥੇ ਘਰ ਬੈਠਿਆਂ ਡਰਾਈਵਿੰਗ ਲਾਇਸੈਂਸ ਬਣ ਜਾਂਦੇ ਆ ਘਰ ਬੈਠਿਆਂ ਜਿਹੜੀਆਂ ਟੁੱਟੀਆਂ ਗੱਡੀਆਂ ਹੈਗੀਆਂ ਵਾਂ ਉਹਨਾਂ ਦੀ ਜਿਹੜੀ ਹੈਗੀ ਐ ਉਹ ਫਿਟਨੈਸ ਸਰਟੀਫਿਕੇਟ ਮਿਲ ਜਾਂਦੇ ਆ ਹੈ ਇੱਥੇ ਪੰਜਾਬ 'ਚ ਵੀ ਵੇਖਿਆ ਸੀਗਾ ਵੀ ਕੋਈ ਕਰੋਨਾ ਜਿੰਨਾ ਬਾਹਰ ਜਾਣਾ ਸੀ ਉਹ ਡਾਕਟਰਾਂ ਕੋਈ ਸਰਟੀਫਿਕੇਟ ਵੀ ਲੱਲੇ ਸੀਗੇ ਤੁਸੀਂ ਮੋਗਾ ਦੀ ਇੱਕ ਸੁਣੀ ਹੋਣੀ ਕਹਾਣੀ ਉਹ ਜਿਹੜਾ ਐਮ.ਐਲ.ਏ ਸਾਹਿਬ ਜਿਹੜਾ ਸੀ ਉਹ ਮੁਰਖਾ ਬੀ.ਜੇ.ਪੀ ਚਲੇ ਇਹ ਤੇ ਕੀ ਕੁਝ ਨਹੀਂ ਹੋ ਸਕਦਾ ਬੰਦੇ ਦੂਸਰੇ ਮਰੇ ਬੰਦਿਆਂ ਦੀ ਲੋਕੀ ਪੈਨਸ਼ਨਾਂ ਲੈਣਦੇ ਆ ਹੂੰ ਹੈ ਗਵਾ ਗਲਤ ਗਵਾਵਾਂ ਦੇ ਨਾਲ ਖੜਾ ਕੇ ਜਿਸਤੀਆ ਕਰਾ ਲੈਂਦੀ ਆ ਵੀ ਸੁਧਾਰਨ ਦੀ ਲੋੜ ਹੈਗੀ ਹੈ ਨਾ ਜੇ ਪਹਿਲੀ ਸਰਕਾਰਾਂ ਨੇ ਕੀਤੀ ਤੇ ਇਹਨਾਂ ਦੀ ਜਿੰਮੇਵਾਰੀ ਬਣਦੀ ਸੀਗੀ ਕਿ ਸਰਕਾਰ ਉੱਥੇ ਪਹੁੰਚਦੀ ਇਹਨਾਂ ਦੇ ਐਮ ਐਲ ਏ ਸਾਹਿਬ ਉੱਥੇ ਹੈਗੇ ਆ ਤੇ ਮੇਰੇ ਖਿਆਲ ਆ ਇਹ ਉਹ ਵੀ ਹੈਗੇ ਆ ਇਹਨਾਂ ਦੇ ਦੂਸਰੇ ਉੱਥੋਂ ਇੱਕ ਜਿਹੜਾ ਸਪੀਕਰ ਸਾਹਿਬ ਵੀ ਸ਼ਾਇਦ ਉਸੇ ਇਲਾਕੇ ਦੇ ਨੂੰ ਬਿਲੋਂਗ ਕਰਦੇ ਆ ਫਰੀਦਕੋਟ ਨੂੰ ਬਿਲੋਂਗ ਕਰਦੇ ਆ ਤਾਂ ਮੇਰਾ ਕਹਿ ਤੋ ਭਾਵ ਹੈਗਾ ਵੀ ਸਰਕਾਰ ਨੂੰ ਹੋਲ ਟਾਈਮ ਸਰਕਾਰ ਬਣਨਾ ਪਊਗਾ ਪਾਰਟ ਟਾਈਮ ਨਹੀਂ ਬੰਨਣਾ ਪਊਗਾ ਇਹ ਆਪਣੇ ਪੰਜਾਬ ਦੇ ਮੁੱਦੇ ਹੀ ਹੱਲ ਕਰ ਲੈਣ ਨੈਸ਼ਨਲ ਲੈਵਲ ਦੇ ਉੱਤੇ ਬਾਅਦ ਚ ਪਹੁੰਚਣ ਉਹ ਜਿਹੜੀਆਂ ਸੈਲੀਬ੍ਰੇਸ਼ਨਾਂ ਹੈਗੀਆਂ ਨੈਸ਼ਨਲ ਪਾਰਟੀ ਬਣਨ ਵਾਲੀਆਂ ਜਾਂ ਜਿਹੜਾ ਦੂਖਰਾ ਹੋਰ ਰਾਮ ਰੋਲਾ ਹੈਗਾ ਵਾ ਉਹ 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 ਬਾਅਦ ਦੇ ਵਿੱਚ ਦੇਖਣ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਆਪਣੇ ਮੁੱਦਿਆਂ ਨੂੰ ਸੰਜੀਦਗੀ ਦੇ ਨਾਲ ਹੱਲ ਕਰਨ ਲਈ ਏਡਾ ਵੱਡਾ ਫਤਵਾ ਦਿੱਤਾ ਨਹੀਂ ਸਰ ਇਹ ਸਪੀਕਰ ਸਾਹਿਬ ਦਾ ਜ਼ਿਕਰ ਕੀਤਾ ਕਿਹਦੇ ਗੱਲ ਫਰੀਦਕੋਟ ਦੇ ਵਿੱਚ ਐਸਐਸਪੀ ਸਾਹਿਬ ਨਾਲ ਬਿડા ਖੜਕ ਪਈ ਸੀ ਸਪੀਕਰ ਸਾਹਿਬ ਦੀ ਮੈਂ ਉੱਤੇ ਵੀ ਕਮੈਂਟ ਕਰੂੰਗਾ ਮੈਂ ਥੋੜਾ ਜਿਹਾ ਸਪੀਕਰ ਸਾਹਿਬ ਨਾਲ ਵੀ ਦੋ ਚਾਰ ਵਾਰੀ ਮਿਲਿਆ ਹਾਂ ਠੀਕ ਆ ਬਹੁਤ ਬਹੁਤ ਮਚ्योर ਬੰਦੇ ਹੈਗੇ ਆ ਉਹ ਮੈਂ ਜਿੱਦਾਂ ਉਹ ਆਣ ਕੇ ਕਰਦੇ ਇਹੋ ਜੀ ਰਾਜਨੀਤੀ ਦੀ ਨਹੀਂ ਲੋੜ ਹੈਗੀ ਜਿੱਦਾਂ ਉਹ ਆਣ ਕੇ ਉੱਥੇ ਆਣ ਕੇ ਇੱਕ ਜੇ ਦਿੰਦੇ ਆ ਵਾਅਦਾ ਕਰ ਦਿੰਦੇ ਆ ਐਨਐਟੀ ਦੇ ਮਸਲੇ ਹੱਲ ਕਰ ਦਾਂਗੇ ਨਹੀਂ ਹੁੰਦੇ ਸਪੀਕਰ ਦੀ ਪਦਵੀ ਜਿਹੜੀ ਹਾਂ ਉਹ ਆਪ ਪੋਲਿਟਿਕਲ ਹੈ ਸਪੀਕਰ ਜਿਹੜਾ ਹੁੰਦਾ ਨਾ ਜਿਹੜਾ ਉਹਦਾ ਸੰਵਿਧਾਨਕ ਰਤਬਾ ਹੈਗਾ ਨਾ ਉਹ ਬਹੁਤ ਉੱਚਾ ਹੈ ਉਹਨਾਂ ਨੂੰ ਇਹੋ ਜੀ ਜਿਹੜੀ ਹੈਗੀ ਨਾ ਕਿਉਂਕਿ ਸਾਡੇ ਪਹਿਲੀ ਵਾਰੀ ਬਣੇ ਆ ਮੰਤਰੀ ਬਣੇ ਆ ਕੋਈ ਐਮਐਲਏ ਬਣੇ ਆ ਮੈਨੂੰ ਨਹੀਂ ਪਤਾ ਕਿੰਨਾ ਕੁ ਸੰਵਿਧਾਨ ਨੂੰ ਇਹਨਾਂ ਨੇ ਪੜ੍ਹਿਆ ਹੈਗਾ ਜਾਂ ਕਿੰਨਾ ਕਿ ਸੰਵਿਧਾਨਕੰਮਾਂ ਲਈ ਜਾਣਦੇ ਆ ਬੁਲਡੋਜ਼ਰ ਕੀਤਾ ਜਾ ਸਕਦਾ ਐਸਐਸਬੀ ਉੱਠ ਕੇ ਜੇ ਚਲਾ ਗਿਆ ਜਦੋਂ ਤੁਸੀਂ ਕਿਹਾ ਤੇ ਫਿਰ ਉਹਦੇ ਵਿੱਚ ਇੱਜ਼ਤ ਕਿਹਦੀ ਬਣਦੀ ਆ ਜਾਂ ਕਿਹਦੀ ਨਹੀਂ ਬਣਦੀ ਸਵਾਲ ਤਾਂ ਖੜੇ ਹੁੰਦੇ ਬਿਊਰੋਕ੍ਰੇਸੀ ਨੇ ਰਹਿਣਾ ਹੈ ਸਰਕਾਰਾਂ ਆਉਂਦੀਆਂ ਪਹਿਲੇ ਵੀ ਆਏ ਇਹ ਵੀ ਚਲੇ ਗਏ ਇਹਨਾਂ ਨੂੰ ਕੀ ਕਰੋਗੇ ਐਸਐਸਬੀ ਨੂੰ ਢਾ ਕੇ ਤੁਸੀਂ ਉੱਥੇ ਲਾ ਦੇ ਗੋ ਪੀਏਪੀ ਚ ਲਾ ਦੋਗੇ ਮੰਡੋ ਫੋਰਸ ਲਾ ਦੋਗੇ ਵਾਪੇ ਅਗਲੀ ਅਨੂੰ ਉੱਥੇ ਆ ਜਾਊਗਾ ਹੌਸਲੇ ਦਾ ਸਮਝਦਾਰੀ ਦਾ ਸੰਜੀਦਗੀ ਦਾ ਲਾਲਾ ਲਾਲਾ ਵਾਲਾ ਸਮਝ ਚਲਾ ਗਿਆ ਇਹ ਅਜੇ ਵੀ ਲਾਲਾ ਨਾਲੇ ਮੂਡ ਦੇ ਵਿੱਚ ਹੀ ਆ ਇਹ ਜੇ ਵੀ ਜਿਹੜਾ ਹੁੰਦਾ ਨਾ ਜਿਹੜਾ ਆਪੋਜੀਸ਼ਨ ਵਾਲਾ ਜਿਹੜਾ ਮੇਰੇ ਖਿਆਲ ਉਹੀ ਆ ਵੀ ਰੌਲੀ ਪਾ ਦੋ ਲਾਲਾ ਲਾਲਾ ਕਰ ਦੋ ਅੱਦਾਂ ਦੀ ਗੱਲ ਨਹੀਂ ਬਣਨੀ ਸੰਜੀਦਾ ਮੁੱਦੇ ਆ ਇਸੇ ਕੋ ਸਾ ਉਹ ਤਾਂ ਕਈ ਲੋਕ ਐ ਵੀ ਕਹਿੰਦੇ ਨੇ ਕਿ ਸਰਕਾਰ ਭਾਵੇਂ ਬਣ ਗਈ ਪਰ ਇਲੈਕਸ਼ਨ ਦੇ ਮੋੜ ਦੇ ਵਿੱਚ ਨੇ ਸਾਰੇ ਐਮ ਐਲ ਏ ਅਜੇ ਵੀ ਉਹ ਭਰਾਵਾ ਇਹਨਾਂ ਜੋ ਕਈ ਤੇ ਤੇਰੇ ਮੇਰੇ ਵਰਗਿਆਂ ਦੇ ਟੋਣੇ ਲੱਗੇ ਆ ਹੈ ਉਹ ਉਹਨਾਂ ਜੋ ਬਹੁਤੇ ਦੇ ਪਿੰਡ ਦੀ ਪੰਚਾਇਤ ਦੇ ਮੈਂਬਰ ਵੀ ਨਹੀਂ ਬਣ ਸਕਦੇ ਹੈ ਉਹ ਠੀਕ ਆ ਐਮਐਲਏ ਸਾਹਿਬ ਬਣ ਕੇ ਬਹੁਤ ਵਧੀਆ ਗੱਲਾਂ ਲੋਕਾਂ ਨੇ ਚੋਣ ਦਿੱਤਾ ਬੰਦੇ ਨੂੰ ਨਹੀਂ ਵਿਖਿਆ ਪਾਰਟੀ ਨੂੰ ਵੋਟਾਂ ਪਾਤੀਆਂ ਵਾਅਦਿਆਂ ਦੇ ਕਰਤਾ ਦੂਹਰਿਆਂ ਤੋਂ ਪੁੱਛ ਤਾਂ ਬਹੁਤ ਲੰਮੀ ਕਹਾਣੀ ਹੈਗੀ ਆ ਪਰ ਹੁਣ ਹੈਗੇ ਆ ਦੇ ਆਰ ਇਲੈਕਟਡ ਰਿਪਰੈਜ਼ੈਂਟੇਟਿਵ ਆਫ ਦਾ ਪੀਪਲ ਸਾਰਿਆਂ ਨੂੰ ਸੰਵਿਧਾਨ ਪੜ੍ਹਨਾ ਚਾਹੀਦਾ ਹੈ ਕਿ ਐਮਐਲਏ ਦੇ ਕੀ ਫਰਜ਼ ਵਾ ਇਹ ਇਹਨਾਂ ਨੂੰ ਪੜ ਲੈਣ ਪੰਜਾਬੀ ਜੀ ਤੇ ਤਿੰਨੇ ਕਿਤੇ ਉਹਦੇ ਜਿਹੜੇ ਹੈਗੇ ਪੜ ਸਕਦੇ ਆ ਨਾ ਚਲੋ ਅੰਗਰੇਜ਼ੀ ਵਾਲਾ ਸ਼ਬਦਾਂ ਨਾ ਪੜਨ ਹਿੰਦੀ ਵਾਲਾ ਨਾ ਪੜਨ ਇਹ ਤਾਂ ਪਤਾ ਹੈਗਾ ਫਰਜ਼ ਕੀ ਹੈਗੇ ਆ ਇਹ ਸਿਰਫ ਇਹ ਨਹੀਂ ਹੈਗਾ ਵੀ ਐਮਐਲਏ ਬਣ ਕੇ ਝੰਡੀ ਦੀ ਕਾਰ ਮਿਲ ਗਈ ਜਿਹਦੇ ਮਰਜ਼ੀ ਠਾਡੇ ਵੜ ਜਾ ਜਿਹਦੇ ਮਰਜ਼ੀ ਤਹਿਸੀਲੇ ਵੜ ਜਾ ਜਿਹਦੀ ਮਰਜ਼ੀ ਐਸੀ ਤੈਸੀ ਫੇਰ ਦੋ ਪਿੰਡ ਦੇ ਉਹ ਐਮਐਲਏ ਦਾ ਰੋਲ ਨਹੀਂ ਹੈਗਾ ਐਮਐਲਏ ਦਾ ਰੋਲ ਬਸ ਸੰਜੀਦਾ ਰੋਲ ਹੈ ਐਮਐਲਏ ਦਾ ਰੋਲ ਹੈਗਾ ਉਹ ਪਾਰਟੀ ਦਾ ਹੁਣ ਐਮਐਲਏ ਨਹੀਂ ਉੱਥੇ ਹਾਊਸ ਦੇ ਵਿੱਚ ਆ ਹਲਕੇ ਦੇ ਵਿੱਚ ਲੋਕਾਂ ਦਾ ਐਮਐਲਏ ਆ ਉਹ ਜਿਨ੍ਹਾਂ ਨੇ ਨਹੀਂ ਵੋਟਾਂ ਪਾਈਆਂ ਉਹਨਾਂ ਦਾ ਵੀ ਐਮਐਲਏ ਆ ਬਿਲਕੁਲ ਜਿਹਨਾਂ ਆਪੋਸ ਕੀਤਾ ਉਹਨਾਂ ਦਾ ਵੀ ਐਮਐਲਏ ਆ ਅਕਾਲੀਆਂ ਨੇ ਬਹੁਤ ਵੱਡੀ ਗਲਤੀ ਕੀਤੀ ਸੀਗੀ ਕਾਂਗਰਸ ਨੇ ਵੀ ਕੀਤੀ ਸੀਗੀ ਇਹਨਾਂ ਨੂੰ ਆਪਣਾ ਬਿਹੇਵੀਅਰ ਚੇਂਜ ਕਰਨਾ ਚਾਹੀਦਾ ਜ਼ਿਆਦਾ ਫਲੈਕਸੀਬਲ ਹੋਣਾ ਚਾਹੀਦਾ ਅਵਰ ਇਹ ਜਿਹੜੀ ਹੈ ਨਾ ਦੂਸਰੀ ਕਿ ਮੈਂ ਗਾਰੰਟੀ ਦੇ ਦੇਣਾ ਗਾਰੰਟੀ ਦੇਣ ਵਾਲਾ ਜਿਹੜਾ ਹੈਗਾ ਇਹਨਾਂ ਦਾ ਲੋਕਾਂ ਨੇ ਵਿਸ਼ਵਾਸ ਕਰਨਾ ਬੰਦ ਕਰ ਦੇਣਾ ਹਰ ਥਾਂ ਉੱਠ ਕੇ ਲਿਖ ਕੇ ਦੇ ਦਿਓ ਵੀ ਮੈਂ ਗੁજરાਤ ਚ ਗਰੰਟੀ ਦੇ ਹੁਣ ਕਿਹੜਾ ਮੰਨੂਗਾ ਉਹ ਪ੍ਰਾਣੀ ਕਹਾਵਤ ਹੈਗੀ ਨਾ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਨਹੀਂ ਆਉਂਦਾ ਲੋਕੀ ਨੱਠ ਕੇ ਆ ਜਾਂਦੇ ਵੀ ਬਚਾਈਏ ਉਹ ਜਦੋਂ ਸ਼ੇਰ ਆ ਗਿਆ ਉਹਦੋਂ ਕੋਈ ਵੀ ਨਹੀਂ ਆਇਆ ਇਹ ਤੰ ਨੂੰ ਮੈਨੂੰ ਲੱਗਦਾ ਤੁਸੀਂ ਬਹੁਤ ਛਾੜੇ ਵਾਲੇ ਦੋ ਉਹ ਯਾਰ ਸਿਰ ਸੁੱਟ ਕੇ ਕੰਮ ਕਰੋ ਲੋਕਾਂ ਦੀ ਨਿਮਰਤਾ ਨਾ ਜਾਓ ਇਹ ਜਿਹੜੀਆਂ ਝੰਡੀਆਂ ਝੁੰਡੀਆਂ ਲੋਕਾਂ ਨੇ ਲਾਤੀਆਂ ਕਿਸਾਨੀ ਅੰਦੋਲਨ ਨੇ ਇੱਕੋ ਜਿਹਾ ਕੰਮ ਕੀਤਾ ਇਹ ਜਿਹੜੇ ਲੀਡਰ ਸੀਗੇ ਇਹ ਇਹਨਾਂ ਦਾ ਇਹ ਇਹਨਾਂ ਦੀ ਐਸੀ ਤਰ੍ਹਾਂ ਦੀ ਫੇਰੀ ਨਾ ਪਿੰਡਾਂ ਚ ਨਹੀਂ ਵੜ ਹੂੰ ਕੁਛ ਨਹੀਂ ਕਰ ਸਕੇ ਵੱਡਾ ਇਮਪੈਕਟ ਰਿਹਾ ਕਿਸਾਨੀ ਅੰਦੋਲਨ ਦਾ ਆਮ ਆਦਮੀ ਪਾਰਟੀ ਦੀ ਜਿੱਤ ਦੇ ਵਿੱਚ ਤੇ ਇੱਕ ਉਹ ਤਾਂ ਫਰਕ ਪੈਣਾ ਸੀ ਇੱਕ ਉਹਦੇ ਨਾਲ ਨਾਲ ਹੀ ਸੀ ਵੀ ਦੂਸਰੀਆਂ ਪਾਰਟੀਆਂ ਬਹੁਤ ਉਹਨਾਂ ਨੇ ਜਿਹੜਾ ਜਿਹੜੀ ਖਾਸ ਕਰਕੇ ਜਿਹੜਾ ਰੂਲ ਰਹਿ ਆ ਉਹਦੇ ਵਿੱਚ ਉਹਨਾਂ ਨੇ ਉਹਨਾਂ ਦਾ ਐਟੀਟਿਊਡ ਬਹੁਤ ਐਂਟੀ ਪੀਪਲ ਰਿਹਾ ਔਰ ਬਹੁਤ ਸਾਰੀ ਕ੍ਰਿਮੀਨਲ ਨੈਗਲੈਕਟ ਰਹੀ ਜਿਹੜੀ ਸਾਡੀ ਸੋਸ਼ਲ ਡਿਵੈਲਪਮੈਂਟ ਨੂੰ ਅੱਗੇ ਲਿਜਾਣ ਦੇ ਵਿੱਚ ਹੈਲਥ ਵਾਲਾ ਪਾਸਾ ਸੀਗਾ ਐਜੂਕੇਸ਼ਨ ਵਾਲਾ ਪਾਸਾ ਸੀਗਾ एनवायरनमेंट ਦੇ ਵਿੱਚ ਡिके ਲਿਆਉਣ ਵਾਸਤੇ ਰੇਤ, ਬਜਰੀ, ਸ਼ਰਾਬ, ਦੂਸਰਾ, ਤੀਸਰਾ ਨਸ਼ਾ ਸਾਰਾ ਕੁਝ ਦੇ ਵਿੱਚ ਲੱਗੇ ਰਹਿ। ਇਸੇ ਕਾਰਨ ਕਿ ਇਹਨਾਂ ਨੂੰ ਲੈ ਕੇ ਆਏ। ਵੀ ਪੰਜਾਬ ਗੁਰਜਿੰਦਰ ਜੀ ਇਸ ਵੇਲੇ ਬਹੁਤ ਸੀਰੀਅਸ ਸੰਜੀਦਾ ਰਾਜਨੀਤੀ ਚਾਹੁੰਦਾ। ਸਾਡੇ ਸਾਧਨ ਬਹੁਤ ਘੱਟ ਵਾ। ਅਸੀਂ ਸਾਰੇ ਪਾਸਿਓਂ ਘੇਰੇ ਜਾ ਰਹੇ ਹਾਂ। ਪਾਕਿਸਤਾਨ ਨੇ ਘੇਰ ਕੇ ਰੱਖਿਆ 50% ਬਾਰਡਰ ਆ ਗਿਆ, ਹੀਲ ਬਦੂਖਰ ਆ ਗਿਆ, ਬਹੁਤ ਸਮੱਸਿਆਵਾਂ ਹੈਗੀਆਂ। ਇਹਨਾਂ ਦੀ ਇਹੀ ਹੈ ਇਹਨਾਂ ਨੂੰ ਜਿਹੜਾ ਲੱਗਦਾ ਕਿ ਬੈਠੋ ਯਾਰ ਥੋੜਾ ਆਪਣਾ ਤੁਸੀਂ ਗਰੁੱਪ ਬਣਾ ਲਓ ਛੋਟੇ ਛੋਟੇ ਤੁਸੀਂ ਕੋਈ ਏਜੰਡਾ ਦਿੱਲੀ ਉਹਨਾਂ ਲੈ ਕੇ ਆਓ ਮਾਰੇ ਜਾਓਗੇ ਇਹ ਏਜੰਡਾ ਤੁਹਾਨੂੰ ਦਿੱਲੀ ਵਾਲਿਆਂ ਦਿੱਤਾ ਤੇ ਤੁਹਾਡੇ ਸਿਰੂ ਕੱਢ ਦੇਣੇ ਇਹ ਮੈਂ ਬਹੁਤ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਲੋਕਾਂ 'ਚ ਬਹੁਤ ਪਹਿਲਾਂ ਹੀ ਨਫ਼ਰਤ ਖਾਸ ਕਰਕੇ ਜਿਹੜਾ ਇਹ ਹਿੰਦੂਤਵ ਵਾਲਾ ਕਾਰਡ ਇਹਨਾਂ ਨੇ ਗੁਜਰਾਤ 'ਚ ਖੇਡਿਆ ਜਾਂ ਇਹ ਲੋਕਾਂ ਦੇ ਵਿੱਚ ਇਹ ਦਿਲ ਦੇ ਵਿੱਚ ਗੱਲ ਬਹਿਂਦੀ ਜਾਂਦੀ ਆ ਇਹ ਗੱਲ ਤੇ ਠੀਕ ਆ ਵੀ ਸਭ ਨੂੰ ਪਤਾ ਵੀ ਇਹਨਾਂ 'ਚ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਹੈਗਾ ਜਿਹੜਾ ਇੰਡੀਪੈਂਡੈਂਟ ਸਟੈਂਡ ਲੈ ਲਵੇ ਪੰਜਾਬ ਦੀ ਜਿਹੜੀ ਜਿਹੜੀ ਸਾਈਕੀ ਹੈਗੀ ਆ ਪੰਜਾਬ ਦੀ ਜਿਹੜੀ ਅਥਾਸ਼ ਹੈਗੀ ਆ ਉਹ ਕਿਸੇ ਆਪਣੇ ਲੀਡਰ ਨੂੰ ਕਿਸੇ ਦੇ ਕੁਛਣ ਬਹਿ ਕੇ ਰਾਜਨੀਤੀ ਕਰਨ ਦਾ ਅਲਾਉ ਨਹੀਂ ਕਰਦਾ। ਤੋ ਇਸ ਕਰਕੇ ਇਹਨਾਂ ਲਈ ਚੈਲੇਂਜ ਤਾਂ ਦਿਨੋ ਦਿਨ ਵਧਦੇ ਜਾ ਰਹੇ ਆ। ਤੋ ਕਿਉਂ ਨਹੀਂ ਇੰਡੀਪੈਂਡੈਂਟ ਹੁੰਦੇ ਕਿਉਂ ਨਹੀਂ ਆਟੋਨਮਸ ਹੁੰਦੇ? ਕਿਉਂ ਨਹੀਂ ਲੋਕਾਂ 'ਚ ਜਾਂਦੇ? ਕਿਉਂ ਨਹੀਂ ਬਹਿਸ ਕਰਦੇ ਜੇ ਮੁੱਖ ਮੰਤਰੀ ਚੁਣਨ ਵਾਸਤੇ ਇਹ ਕਹਿੰਦੇ ਐਸਐਮਐਸ ਕੀਤਾ ਵਾ ਤੇ ਆਹੜੇ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰਨ ਵਾਸਤੇ ਐਸਐਮਐਸ ਕਿਉਂ ਨਹੀਂ ਕਰਦੇ? ਜਾਂ ਜਿਸ ਮੁੱਦੇ ਦੀ ਆਪਾਂ ਗੱਲ ਕੀਤੀ ਹੈ ਜ਼ੀਰਾ ਫੈਕਟਰੀ ਦੇ ਵਿੱਚ ਜਿੰਨੇ ਕਿਸਾਨ ਹੈਗੇ ਆ ਜਿੰਨੇ ਪਿੰਡਾਂ ਤੇ ਉਹਦਾ ਇੰਪੈਕਟ ਪੈਂਦਾ ਸਭ ਨੂੰ ਪਤਾ ਇਹਦਾ ਪੋਲਿਊਸ਼ਨ ਕੰਟਰੋਲ ਬੋਰਡ ਕਿਹੜੇ ਕੰਮ ਵਾਸਤੇ ਆ ਡਿਪਟੀ ਕਮਿਸ਼ਨਰ ਕਿਹੜੇ ਕੰਮ ਵਾਸਤੇ ਆ ਜਾਂ ਡਸਟੀ ਡਿਪਾਰਟਮੈਂਟ ਕਿਹੜੇ ਕੰਮ ਵਾਸਤੇ ਵੀ ਕਿੱਥੋਂ ਤੱਕ ਉਹਨੇ ਪਾਣੀ ਖਰਾਬ ਕੀਤਾ ਲੋਕਾਂ ਨੂੰ ਕਿਉਂ ਨਹੀਂ ਪੁੱਛਦੇ ਉਹ ਤੇ ਹਾਂ ਵੀ ਦੱਸੋ ਤੁਸੀਂ ਹੱਲ ਦੱਸੋ ਜਿੰਨਾ ਚਿਰ ਲੋਕਾਂ ਦੇ ਮਸਲਿਆਂ ਦਾ ਹੱਲ ਇਹ ਲੋਕਾਂ ਵੱਲੋਂ ਨਹੀਂ ਲੈਂਦੇ ਅਸਲ ਦੇ ਵਿੱਚ ਇਹ ਪਾਰਟੀ ਦੀ ਰਾਜਨੀਤੀ ਸ਼ੁਰੂ ਇਹ ਹੋਈ ਸੀ ਕਿ ਲੋਕ ਸਾਡੇ ਸਾਡੇ ਜਿਹੜਾ ਹੈਗਾ ਵਾ ਉਹ ਵੀ ਦਾ ਪੀਪਲ ਆਫ ਇੰਡੀਆ ਪਰ ਲੋਕ ਜਿਹੜਾ ਰਿਪਬਲਿਕ ਹੈ ਜਿਹੜੇ ਪਾਰਲੀਮੈਂਟ ਦੇ ਵਿੱਚ ਜਾਂ ਲੈਜਿਸਲੇਟ ਅਸੈਂਬਲੀਆ ਚ ਬੈਂਦੇ ਆ ਉਹ ਸਰਕਾਰ ਨਹੀਂ ਹੈ ਸਰਕਾਰ ਲੋਕ ਆ ਜਿਹੜੇ ਸਰਕਾਰਾਂ ਬਣਾਉਂਦੇ ਆ ਤੇ ਕਿਉਂ ਨਹੀਂ ਇਹਨਾਂ ਨੂੰ ਐਡਾ ਬੜਾ ਮੈਂਡੇਟ ਮਿਲਿਆ ਇਹ ਇਹ ਉਹਦੇ ਉੱਤੇ ਐਕਸਪੈਰੀਮੈਂਟ ਕਰਦੇ ਪੰਜਾਬ ਤਾਂ ਬਹੁਤ ਛੋਟਾ ਸਾਡੇ 3.5 ਘੰਟਿਆਂ ਚ ਕੋਈ ਵੀ ਮੰਤਰੀ ਜਾਂ ਐਮਐਲਏ ਇੱਕ ਸਿਰੇ ਤੋਂ ਦੂਹੇ ਪਾਸੇ ਪਹੁੰਚ ਸਕਦਾ ਹੂੰ ਰਾਤ ਨੂੰ ਗੱਲ ਕਰ ਲਓ ਤੁਸੀਂ ਮੈਂ ਤਾਂ ਅਗੇ ਵੀ ਕਿਸ ਨੂੰ ਕਹਿ ਰਿਹਾ ਸੀਗਾ ਵੀ ਨਹੀਂ ਲੋਕਾਂ ਨੂੰ ਸੱਦਣਾ ਬਲਾਕ ਦੇ ਵਿੱਚ ਤੁਸੀਂ ਪੰਚਾਇਤ ਮੈਂਬਰਾਂ ਨੂੰ ਸੱਦ ਲਓ ਸਰਪੰਚਾਂ ਨੂੰ ਸੱਦ ਲਓ ਕਿੰਨੇ ਕੋਣ ਕੇ 1000 ਨਹੀਂ 1500 ਹੋਊਗਾ ਉੱਥੇ ਬਿਠਾਲ ਕੇ ਉਹਨਾਂ ਨਾਲ ਮੰਥਨ ਕਰ ਲਓ 2 ਘੰਟੇ 4 ਘੰਟੇ 6 ਘੰਟੇ 8 ਘੰਟੇ ਇੱਕ ਇੱਕ ਐਮਐਲਏ ਨੂੰ ਦੇ ਦਿਓ ਵੀ ਆਪਾਂ ਆਪਣੇ ਬਲਾਕ ਦੇ ਵਿੱਚ ਕਰਕੇ ਲਿਆਓ ਇਹ ਸੀਗਾ ਇੱਕ ਜੰਡਾ ਬਣਾ ਲਓ ਇੱਕ ਕਾਮਨ ਅਜੰਡਾ ਬਣਾ ਲਓ ਵੀ ਪੰਜਾਬ ਦੇ ਮੁੱਦੇ ਹੈ ਕਿਹੜੇ ਆ ਇੱਕ ਰੀਜਨਲ ਅਜੰਡਾ ਬਣਾ ਲਓ ਪਿੰਡ ਤੋਂ ਲੈ ਕੇ ਸਟੇਟ ਤੱਕ ਨੈਸ਼ਨਲ ਅਜੰਡਾ ਬਣਾਉਂਦੇ ਰਹੋ ਗਲੋਬਲ ਅਜੰਡਾ ਬਣਾਉਂਦੇ ਰਹੋ ਸੋ ਇਸ ਕਰਕੇ ਜੇ ਉਸ ਤਰੀਕੇ ਨਾਲ ਚੱਲਣਗੇ ਤੇ ਵਧੀਆ ਲੋਕੀ ਜੀ ਆਇਆਂ ਕਹਿਣਗੇ ਤੇ ਜੇ ਇਹਨਾਂ ਨੇ ਆਪਣੇ ਤਰੀਕੇ ਨਾਲ ਚੱਲਣ ਦੀ ਗੱਲ ਕੀਤੀ ਫਿਰ ਤਾਂ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਇਹ ਤਾਂ ਲੋਕੀ ਜਿਹੜੇ ਹੈਗੇ ਆ ਬਹੁਤਾ ਜਿਆਦਾ ਫਿਰ ਸਾਥ ਨਹੀਂ ਦਿੰਦੇ ਜੀ ਬਿਲਕੁਲ ਸਿੱਖੋ ਸਾਹਿਬ ਭਾਰਤ ਜੋੜੋ ਯਾਤਰਾ ਦੇਸ਼ ਦੇ ਇੱਕ ਕੋਨੇ ਤੋਂ ਸ਼ੁਰੂ ਹੋ ਕੇ ਅਲੱਗ ਅਲੱਗ ਸਟੇਟਾਂ ਦੇ ਵਿੱਚ ਵਿਚਰ ਰਹੀ ਹੈ ਸੋ ਮੈਂ ਤਾਂ ਉਸ ਨੂੰ ਇਦਾਂ ਦੇਖਦਾ ਹੁੰਦਾ ਕਿ ਉਹ ਇੱਕ ਬਦਲਾਅ ਦਾ ਰੂਪ ਹੈ ਭਾਵੇਂ ਬੇਸ਼ੱਕ ਆਪਾਂ ਇਹ ਗੱਲ ਮੰਨਦੇ ਆ ਕਿ ਕਾਂਗਰਸ ਨੇ ਲੰਮਾ ਸਮਾਂ ਇੱਥੇ ਰਾਜ ਕੀਤਾ ਆਪਣੇ ਦੇਸ਼ ਦੇ ਵਿੱਚ ਤੇ ਹੁਣ ਬੀਜੇਪੀ ਦਾ ਆਪਣਾ ਰੂਪ ਹੈ ਤਾਂ ਭਾਰਤ ਜੋੜੋ ਯਾਤਰਾ ਵੀ ਖਾਸ ਕਰਕੇ ਜਦੋਂ ਅਸੀਂ ਅੱਜ ਬੀਜੇਪੀ ਦੀਆਂ ਜਿਹੜੀਆਂ ਨੀਤੀਆਂ ਨੇ ਇਹਨਾਂ ਨੀਤੀਆਂ ਨੂੰ ਦੇਖਦੇ ਆਂ ਭਾਵੇਂ ਕਿਸਾਨਾਂ ਪ੍ਰਤੀ ਹੋ ਗਈ ਆਮ ਲੋਕਾਂ ਪ੍ਰਤੀ ਹੋ ਗਈ ਜਾਂ ਫਿਰ ਕਾਰਪੋਰੇਟ ਹਾਊਸਸ ਪ੍ਰਤੀ ਹੋ ਗਈ ਉਹਨਾਂ ਦੇ ਵਿੱਚ ਕਿੰਨਾ ਡਿਫਰੈਂਸ ਹੈ ਕਿ ਮੈਂ ਤੁਸੀਂ ਲੋਕਾਂ ਦੇ ਨਾਲ ਖੜਨ ਦਾ ਵਾਦਾ ਕਰਕੇ ਅੱਜ ਤੁਸੀਂ ਵੱਡੇ ਘਰਾਣਿਆਂ ਦੇ ਨਾਲ ਖੜ ਗਏ ਤੇ ਛੋਡੀ ਜਿਹੜੀ ਕੰਮ ਕਰਨ ਦਾ ਤੁਹਾਡਾ ਕਾਰਜ ਤੰਗ ਹੈਗਾ ਉਹ ਲੋਕਾਂ ਦੇ ਖਿਲਾਫ ਹੈ ਭਾਰਤ ਜੋੜੋ ਯਾਤਰਾ ਅੱਜ راہਲ ਗਾਂਧੀ ਹੋਰਾਂ ਦੀ ਗਵਾਈ ਦੇ ਵਿੱਚ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਾ ਰਹੀ ਹੈ ਅੱਜ ਰਾਜਸਥਾਨ ਕੱਲ ਪੰਜਾਬ ਦੇ ਵਿੱਚ ਵੀ ਆਊਗੀ ਇਦਾਂ ਹੋਰ ਸਟੇਟਾਂ ਦੇ ਵਿੱਚ ਵੀ ਜਾਊਗੀ ਤੇ ਕਈਆਂ 'ਚ ਜਾ ਕੇ ਆਈ ਹੈ ਇੱਕ ਤਾਂ ਸਪੇਸ ਨਹੀਂ ਸੇਖੋ ਸਾਬ ਮਿਲੀ ਹੈਗੀ ਇਸ ਯਾਤਰਾ ਨੂੰ ਨੈਸ਼ਨਲ ਮੀਡੀਆ ਦੇ ਵਿੱਚ ਇਸ ਪੱਧਰ ਤੇ ਮਿਲਣੀ ਚਾਹੀਦੀ ਸੀ ਜਦੋਂ ਜੇਕਰ ਮੈਂ ਗੱਲ ਕਰਾਂ ਕਿ 2013 ਦੇ ਵਿੱਚ 12 13 ਦੇ ਵਿੱਚ ਜਦੋਂ ਅੰਨਾ ਹਜ਼ਾਰਾਂ ਅੰਦੋਲਨ ਤੇ ਬੈਠਦੇ ਨੇ ਤਾਂ ਦੇਸ਼ ਦੇ ਵਿੱਚ ਇਹ ਲੱਗਦਾ ਕਿ ਵੱਡਾ ਪੁਚਾਲ ਆ ਜਾਂਦਾ ਸਾਰੇ ਮੀਡੀਆ ਦਾ ਜਿਹੜਾ ਉਹ ਫੋਕਸ ਹੁੰਦਾ ਉਹ ਫੋਕਸ ਸਿਰਫ ਉਸ ਆਰਾਮਲੀਲਾ ਗਰਾਊਂਡ ਦੇ ਉੱਤੇ ਹੁੰਦਾ ਅੱਜ ਮੀਡੀਆ ਦੇ ਵਿੱਚ ਵੀ ਇਸ ਗੱਲ ਨੂੰ ਨਹੀਂ ਸਪੇਸ ਇਨ ਮਿਲੀ ਹੈਗੀ ਤੇ ਦੂਜਾ 2024 ਦੇ ਵਿੱਚ ਭਾਰਤ ਜੋੜੋ ਯਾਤਰਾ ਦੀ ਜਿਹੜੀ ਆਹ ਲੰਮਾ ਪੈਂਡਾ ਕਿੰਨਾ ਕ ਅਸਰ ਪਾਊਗੀ 24 ਦੇ ਵਿੱਚ ਉਹਨੂੰ ਲੱਗਦਾ ਕਿ ਭਾਰਤ ਜਨੋ ਯਾਤਰਾ ਇਹ ਬਹੁਤ ਹੀ ਇੱਕ ਮਚ्योर ਸੋਚੀ ਸਮਝੀ ਲੌਂਗ ਟਰਮ ਪਰਸਪੈਕਟਿਵ ਬੇਸਡ ਕਾਂਗਰਸ ਦੀ ਸਟ੍ਰੈਟਜੀ ਆ ਮੈਂ ਤੇਨੂੰ ਕਹੂੰਗਾ ਵੀ ਇਹ ਇਹ ਹੋਮਿਓਪੈਥੀ ਵਾਲੀ ਮਿੱਠੀ ਗੋਲੀ ਆ ਇਹਨੇ ਇਨਸਟੈਂਟਲੀ ਕੋਈ ਅਸਰ ਤਾਂ ਨਹੀਂ ਕਰਨਾ ਪਰ ਦੇਖੋ ਤੁਸੀਂ ਕਿ ਇੱਕ ਵਿਅਕਤੀ ਦਾ ਉੱਥੋਂ ਲੈ ਕੇ ਇੱਥੋਂ ਤੱਕ ਜਾਣਾ ਔਰ ਜਦੋਂ ਕਿ ਲੋਕੀ ਕਾਂਗਰਸ ਨੂੰ ਵਿਸਾਰ ਚੁੱਕੇ ਸੀਗੇ ਕੇਰਲਾ ਚ ਲਖਸ਼ਰ ਹਾਰ ਗਈ ਤਾਮਿਲਨਾਡੂ ਤੇ 67 ਤੋਂ ਬਾਅਦ ਆਈ ਨਹੀਂ ਉਹਦੇ ਵਿੱਚੋਂ ਆਂਧਰਾਚ ਵਿਕ ਹੋ ਗਈ ਗੁਜਰਾਤ ਦਾ ਵੀ ਇਹੀ ਹਾਲ ਹੈਗਾ ਇੱਕ ਅਹਿਸਾਸ ਕਰਾਉਣਾ ਲੋਕਾਂ ਦੇ ਵਿੱਚ ਔਰ ਯਾਤਰਾਏ ਪਿੰਡਾਂ ਜੋ ਨਿਕਲ ਕੇ ਆਈ ਆ ਟ੍ਰਾਈਬਲ ਇਰੀਆ ਜੋ ਨਿਕਲ ਕੇ ਆਈ ਆ ਇੱਕ ਆਈਡੀਆ ਜਿਹੜਾ ਆਫ ਇੰਡੀਆ ਦੀ ਗੱਲ ਕਰਨੀ ਹੈ ਇੱਕ ਦੇਸ਼ ਹੈਗਾ ਔਰ ਇਹਦੇ ਨਾਲ ਤੁਹਾਡਾ ਆਪਣਾ ਐਕਸਪੀਰੀਅੰਸ ਜਿਹੜਾ ਹੈਗਾ ਖਾਸ ਕਰਕੇ ਜਿਹੜਾ ਰਾਹੁਲ ਗਾਂਧੀ ਸਟੇਟਮੈਂਟ ਸੀਗੀ ਤੁਸੀਂ ਕਿ ਮੈਨੂੰ ਹੁਣ ਪਤਾ ਲੱਗਾ ਇਹ ਲੌਂਗ ਟਰਮ ਐਕਸਪੀਰੀਅੰਸ ਹੈਗਾ ਜ਼ਿੰਦਗੀ ਦਾ ਔਰ ਇੰਨਾ ਲੰਮਾ ਚੱਲ ਕੇ ਤੁਹਾਡੀ ਇਮੇਜਿਨੇਸ਼ਨ ਬਣਦੀ ਹੈ ਕਿ ਸੋਚ ਬਣਦੀ ਹੈ ਤੁਸੀਂ মিডিਆ ਛੱਡ ਦਿਓ মিডিਆ ਤਾਂ ਨਹੀਂ ਰੋਲ ਪਲੇ ਕਰੂਗਾ মিডিਆ ਚੱਲ ਗਿਆ ਜਿੰਨਾ ਚੱਲਣਾ ਸੀਗਾ ਹੁਣ ਮੇਰੇ ਖਿਆਲ ਆ ਬਹੁਤ ਲੋਕ ਤਾਂ ਰਵੀਸ਼ ਦੇ ਜਾਣ ਤੋਂ ਬਾਅਦ ਐਨਡੀ ਟੀਵੀ ਸ਼ਾਇਦ ਦੇਖਣਾ ਲੋਕਾਂ ਨੇ ਘੱਟ ਕਰ ਦੇਣ ਉਹਦੇ ਵਿੱਚੋਂ ਸੋਸ਼ਲ ਮੀਡੀਆ ਆ ਗਿਆ ਸੋਸ਼ਲ ਮੀਡੀਆ ਤੇ ਉਹ ਚੱਲਦਾ ਹੈਗਾ ਇਹ ਖਾਸ ਕਰਕੇ ਜਿਹੜੇ ਲੋਕਾਂ ਜਾਂ ਯੂਥ ਸੀਗੇ ਟ੍ਰਾਈਬਲ ਸੀਗੇ ਵਿਮਨ ਸੀਗੇ ਆਮ ਲੋਕ ਸੀਗੇ ਜਿਨ੍ਹਾਂ 'ਚ ਖਾਸ ਕਰਕੇ ਕਾਂਗਰਸ ਜਿਹੜੀ ਬਹੁਤ ਹਾਸ਼ੀਏ ਤੇ ਚੱਲੇ ਗਈ ਸੀ ਕਿਉਂਕਿ ਇਸ ਕਿਸਮ ਦੀ ਜਿਹੜੀ ਹੈਗੀ ਆ ਫਾਸਟ ਫੂਡ ਪੋਲਿਟਿਕ ਸਾਡੇ ਦੇਸ਼ ਦੇ ਵਿੱਚ ਹੈਗੀ ਆ ਇਲੈਕਸ਼ਨਾਂ ਜਿੱਤਣ ਤੋਂ ਬਿਨਾ ਕੋਈ ਕੰਮ ਨਹੀਂ ਆ ਰਾਜਨੀਤੀ ਦਾ ਗੁਰਜਿੰਦਰ ਸਿੰਘ ਦਾ ਬਰਾਡਰ ਸਪੈਕਟਰਮ ਹੈਗਾ ਸਿਰਫ ਇਲੈਕਸ਼ਨ ਨਹੀਂ ਹੁੰਦੀ ਰਾਜਨੀਤੀ ਤੁਹਾਡੀ ਸਾਡੀ ਜ਼ਿੰਦਗੀ ਦੇ ਨਾਲ ਜੁੜੀ ਆ। ਰਾਜਨੀਤੀ ਨਾਲ ਕਨਫਲਿਕਟ ਵੀ ਪੈਦਾ ਹੁੰਦੇ ਆ, ਰਾਜਨੀਤੀ ਨਾਲ ਕਨਫਲਿਕਟ ਰਿਜ਼ੋਲਵ ਵੀ ਕੀਤੇ ਜਾਂਦੇ ਆ। ਰਾਜਨੀਤੀ ਨੇ ਲੋਕਾਂ ਦੇ ਮੁੱਦੇ ਹੱਦ ਕੀਤੇ ਜਾਂਦੇ ਆ। ਰਾਜਨੀਤੀ ਦੇ ਨਾਲ ਤੁਸੀਂ ਇੱਕ ਬਹੁਤ ਵੱਡੀ ਜਿਹੜੀ ਹੈਗੀ ਆ ਸਪੇਸ ਤਿਆਰ ਕਰਦੇ ਜੋ। ਤੁਸੀਂ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਗੱਲ ਕਰਦੇ ਹੋ। ਰਾਜਨੀਤੀ ਨਾਲ ਤੁਸੀਂ ਲੋਕਾਂ ਦੇ ਵਿੱਚ ਇੱਕ ਨਵੀਂ ਸੋਚ ਪੈਦਾ ਕਰਦੇ ਹੋ ਜਿਹੜੀ ਕਿ ਹੁਣ ਇਸ ਵੇਲੇ ਇਹ ਹਾਸ਼ੀਏ ਤੇ ਜਾ ਚੁੱਕੀ ਸੀਗੀ। ਤੋਂ ਮੋਟੇ ਤਾਂ ਦਰਤ ਇਹ ਨਹੀਂ ਕਿ ਇਹ ਜਾਂ ਸਕਦੇ ਵੀ ਇਹ ਕਿੰਨਾ ਮੀਟੀ ਐਟਲੀ ਇਨਸਟੈਂਟ ਫਰਕ ਪਾਊਗਾ ਪਰ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਲੀਡਰਾਂ ਦਾ ਇਹ ਅਹਿਸਾਸ ਹੋਣਾ ਜਾਂ ਇਹ ਸਮਝਣਾ ਫਰਸਟ ਹੈਂਡ ਦੇ ਵਿੱਚ ਹੈ ਕਿ ਲੋਕਾਂ ਦੇ ਮੁੱਦੇ ਕੀ ਆ ਤੁਸੀਂ ਅਪ ਸਟੂਡੀਓ 'ਚ ਬੈਠ ਕੇ ਦਿੱਲੀ 'ਚ ਬੈਠ ਕੇ ਜਾਂ ਜਿਹੜਾ ਉਹਨਾਂ ਦੇ ਖਿਲਾਫ ਇਮੇਜ ਬਣਾਇਆ ਜਾਂਦਾ ਸੀਗਾ ਕਿਉਂਕਿ ਮੈਂ ਸੁਣੀ ਤਾਂ ਨਹੀਂ ਪਰ ਕਿਹਾ ਗਿਆ ਵੀ ਮੋਗਾ ਮਿੱਤਰਾ ਨੇ ਕਿਹਾ ਵੀ ਹੁਣ ਦੱਸੋ ਪੱਪੂ ਕਿਹੜਾ ਹੈਗਾ ਹਾਂ ਕਿਹੜਾ ਜਿਹੜਾ ਹੈਗਾ ਸੂਟ ਬਦਲਦਾ ਇੰਨੀ ਵਾਰੀ ਜੱਜਾਂ ਦੇ ਜਾਂਦਾ ਤੇ ਕਿਹੜਾ ਅਜੇ ਤਾਂ ਬੀਜੇਪੀ ਤਾਕਤ ਦੇ ਵਿੱਚ ਹੈਗੀ ਜਦੋਂ ਤਖਤ ਤੋਂ ਬਾਹਰ ਹੋਣਾ ਇਹਨੇ ਇਹ ਚਵੀਜ ਹੁੰਦੀ ਆ ਜੇ ਅੱਗੇ ਜਾ ਕੇ ਹੁੰਦੀ ਹੈ ਤਾਂ ਨਹੀਂ ਪਰਮਾਨੈਂਟ ਤਾਂ ਕੋਈ ਚੀਜ਼ ਨਹੀਂ ਹੈਗੀ ਫਿਰ ਉਹ ਪਤਾ ਲੱਗੂ ਸਾਰੀਆਂ ਗੱਲਾਂ ਦਾ ਤਾਂ ਇਹਦਾ ਡਾਇਰੈਕਟਲੀ ਅਸਰ ਹੋਊਗਾ ਇਹਦਾ ਇੰਪੈਕਟ ਪਊਗਾ ਲੋਕਾਂ ਦੇ ਮਨਾਂ ਤੇ ਪਊਗਾ ਹੁਣ ਇਹ ਬਾਜੇ ਕਾਜੇ ਵਾਲੀ ਰਾਜਨੀਤੀ ਦੀ ਜਿਹੜੀ ਇੰਪੋਰਟੈਂਸ ਕੱਟ ਗਈ ਆ ਜੇ ਬਾਜੇ ਕਾਜੇ ਵਾਲੀ ਰਾਜਨੀਤੀ ਹੁੰਦੀ ਤੇ ਫਿਰ ਤਾਂ ਤੁਸੀਂ ਦੇਖੋ ਜਿੰਨਾ ਬਾਹੂਬਲ ਖਾਸ ਕਰਕੇ ਕੁਝ ਥਾਵਾਂ ਨੂੰ ਛੱਡ ਕੇ ਵਰਤਿਆ ਜਾਂਦਾ ਵਾ ਤੇ ਉਹਦੇ ਫਿਰ ਉਹੀ ਸਾਰੇ ਜਿੱਤਣ ਉਹਦੇ ਵਿੱਚੋਂ ਜਾ ਕੇ ਕਿਉਂਕਿ ਨੌਜਵਾਨ ਪੀੜੀ ਦਾ ਨੰਬਰ ਬਹੁਤ ਵੱਡਾ ਹੈਗਾ ਉਹਨਾਂ ਦੀ ਆਪਣੀ ਮੈਜਿਨੇਸ਼ਨ ਆ ਆਪਣੀ ਸਮਝ ਹੈਗੀ ਆ ਤੇ ਜਿਉਂ ਜਿਉਂ ਅੱਗੇ ਵਧੂਗੀ ਪਹਿਲੀ ਤੇ ਉਹ ਤੇ ਇਹ ਆਸਾ ਜ਼ਰੂਰ ਹੋਊਗਾ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਇੱਕ ਨਵਾਂ ਇਨੀਸ਼ੀਏਟਿਵ ਆਜ਼ਾਦੀ ਵੇਲੇ ਵੀ ਮਹਾਤਮਾ ਗਾਂਧੀ ਜਿਹੜੇ ਸੀਗਾ ਉਹ ਇਸ ਕਿਸਮ ਦੀਆਂ ਯਾਤਰਾਵਾਂ ਕਰਦੇ ਸੀ ਉਦੋਂ ਵੀ ਉਹਨਾਂ ਨੂੰ ਰੈਡੀਕਿਊਲ ਕੀਤਾ ਜਾਂਦਾ ਸੀਗਾ ਵੀ ਐਦਾਂ ਕੀ ਬਣਦਾ ਵਾ ਐਦਾਂ ਕੀ ਹੁੰਦਾ ਵਾ ਹੁਣ ਵੀ ਲੋਕੀ ਕਰਦੇ ਆ ਤੁਸੀਂ ਦੇਖੋ ਨਾ ਇਹ ਯਾਤਰਾ ਦੇ ਵਿੱਚ ਕਿਹੜੇ-ਕਿਹੜੇ ਲੋਕ ਮਿਲੇ ਜਿਹੜੇ ਫਾਊਂਡਰ ਮੈਂਬਰ ਸੀਗੇ ਆਮ ਆਦਮੀ ਪਾਰਟੀ ਦੇ ਅਡੇਰੇ ਰਾਮਦਾਸ ਜਿਹੜੇ ਇਹਨਾਂ ਦੇ ਹੁੰਦੇ ਸੀ ਓਮਪਰਡਸ ਮੈਂਸੀ ਉਹ ਵੀ ਨਾਲ ਚੱਲੇ ਉਹਨਾਂ ਦੀ ਵਾਈਫ ਚੱਲੀ ਸਰਪੰਸ ਜਗENDER ਯਾਦਵ ਜਿਹੜੇ ਆ ਉਹ ਸ਼ੁਰੂ ਤੋਂ ਇਹਨਾਂ ਦੇ ਨਾਲ ਚੱਲਣ ਦੇ ਹੈਗੇ ਰਗੂ ਰਾ ਇਹ ਚੱਲੇ ਹੋਰ ਲੋਕ ਆਏ ਸੈਲੀਬ੍ਰਿਟੀਜ਼ ਆਏ ਫਿਲਮਾਂ ਦੇ ਜਿਹੜੇ ਜਿੱਥੇ ਕਹਿੰਦੇ ਸਭ ਤੋਂ ਵੱਧ ਇਹਨਾਂ ਦਾ ਜਿਹੜਾ ਹੈਗਾ ਡਰ ਉਹਨਾਂ 'ਚ ਪਾਇਆ ਜਾਂਦਾ ਵਾ ED ਦਾ CBI ਦਾ ਦੂਹਰੇ ਤੱਕ ਉਹ ਲੋਕ ਨਾਲ ਚੱਲੇ ਤੋ ਇਸ ਕਰਕੇ মিডিਆ ਨੇ ਨਹੀਂ ਇਹ ਕਿਾ ਕੋਈ ਗੱਲ ਨਹੀਂ ਹੈਗੀ ਪਰ ਘੱਟੋ ਘੱਟ ਜੇ ਲੀਡਰ ਨੂੰ ਇਹ ਅਹਿਸਾਸ ਹੋ ਜਾਵੇ ਲੀਡਰ ਇੱਕ ਜਿਹੜਾ ਸ਼ਾਰਟ ਟਰਮ ਗੇਨ ਦੀ بجائے ਇੱਕ ਲੌਂਗ ਟਰਮ ਪਰਸਪੈਕਟਿਵ ਉਹਦੇ ਦਿਮਾਗ ਦੇ ਵਿੱਚ ਬਣ ਜਾਵੇ ਇੱਕ ਪਾਲਿਸੀ ਬਣ ਜਾਵੇ ਇੱਕ ਪਲੈਨਿੰਗ ਬਣ ਜਾਵੇ ਇੱਕ ਉਹ ਜਿਹੜਾ ਨਾ ਨਾ ਭਾਰਤ ਹੈ ਦੋ ਆਦੇਸ਼ ਇੱਕ ਇੰਡੀਆ ਇੱਕ ਭਾਰਤ ਹੈ ਅਸੀਂ ਸਾਰੇ ਇੰਡੀਆ ਦੀਆਂ ਗੱਲਾਂ ਕਰਦੇ ਆ ਵੱਡੇ ਵੱਡੇ ਡੈਸਟ ਲਿਸਟ ਵੱਡੀਆਂ ਵੱਡੀਆਂ ਸਕੀਮਾਂ ਇਹ ਜਿਹੜਾ ਭਾਰਤ ਹੈਗਾ ਜਿਹੜਾ ਗਰੀਬਾਂ ਦਾ ਹੈ ਜਿਹੜਾ ਪਿੰਡਾਂ 'ਚ ਵੱਸਦਾ ਹੈ ਜਿਹੜਾ ਟ੍ਰਾਈਬਲਸ ਦਾ ਹੈ ਜੇ ਦਾ ਖਾਸ ਕਰਕੇ ਔਰਤਾਂ ਹੈ ਦੇ ਵਿੱਚ ਜਿਹੜੇ ਮਾਰਜਨਲਾਈ ਲੋਕ ਹੈ ਤੁਸੀਂ ਉਹਨਾਂ ਦੇ ਵਿੱਚ ਇੱਕ ਆਈਡੀਆ ਕ੍ਰੀਏਟ ਕਰ ਦੋ ਜਨਰੇਟ ਕਰ ਦੋ ਕੌਨਸ਼ੀਅਸ ਡਿਵੈਲਪ ਕਰ ਦੋ ਤੇ ਇਹਦਾ ਪੋਲੀਟਿਕਲ ਜਿਹੜਾ ਇਫੈਕਟ ਹੈ ਜਾਂ ਪੋਲੀਟਿਕਲ ਬੈਨੀਫਿਟ ਹੈ ਇਹ ਲੌਂਗ ਟਰਮ ਦੇ ਵਿੱਚ ਹੋਊਗਾ ਲੀਡਰ ਦੇ ਵਿੱਚ ਮੈਚਿਓਰਿਟੀ ਆਉਂਦੀ ਆ ਲੀਡਰ ਜਿਹੜਾ ਹੈਗਾ ਵਾ ਉਹ ਖਾਸ ਕਰਕੇ ਉਹਦੀ ਸਮਝ ਦੇ ਵਿੱਚ ਜਿਹੜਾ ਸ਼ੈਦ ਰਾਹੁਲ ਗਾਂਧੀ ਨੇ ਕਈ ਵਾਰੀ ਕਿਹਾ ਕਿ ਜੇ ਮੈਂ ਯਾਤਰਾ ਨਾ ਕਰਦਾ ਤੇ ਜਿਹੜਾ ਮੇਰਾ ਆਈਡੀਆ ਆਫ ਇੰਡੀਆ ਹੈਗਾ ਵਾ ਜਾਂ ਜਿਹੜੀ ਮੇਰੀ ਇਮੇਜਿਨੇਸ਼ਨ ਦਾ ਇੰਡੀਆ ਐਫਸੀ ਦਾ ਉਹ ਉਹਦੇ ਤੋਂ ਬਿਲਕੁਲ ਵੱਖਰੀ ਕਿਸਮ ਦਾ ਹੈਗਾ ਤੇ ਰਾਜਨੀਤੀ ਇਹੀ ਹੈ ਕਿ ਤੁਸੀਂ ਜੇ ਇਸ ਕਿਸਮ ਦਾ ਏਜੰਡਾ ਲੈ ਕੇ ਇਸ ਕਿਸਮ ਦਾ ਆਈਡੀਆ ਲੈ ਕੇ ਲੋਕਾਂ ਦੇ ਸਾਹਮਣੇ ਰੱਖਦੇ ਜੋ ਤੇ ਲੋਕੀ ਨੂੰ ਰਿਸੀਵ ਕਰਦੇ ਆ ਦੇਖੋ ਸਾਬ ਜੀ ਸਿੱਖੂ ਸਾਹਿਬ ਜੇਕਰ ਮੈਂ ਬੀਜੇਪੀ ਹਾਈ ਕਮਾਂਡ ਦੀ ਇੱਥੇ ਤੁਹਾਡੇ ਕੋਲੋਂ ਮਾਨਸਿਕਤਾ ਸਮਝਾਂ ਭਾਰਤ ਜੋਟੋ ਯਾਤਰਾ ਤੋਂ ਲੈ ਕੇ ਇਨਸਿਕਿਓਰ ਫੀਲ ਤਾਂ ਹੁੰਦੀ ਹੋਊਗੀ ਨਾ ਸੱਤਾ ਉੱਪਰ ਬੈਠੇ ਹੋਏ ਕਿਤੇ ਨਾ ਕਿ ਤਾਂ ਉਹਨਾਂ ਨੂੰ ਮਤਲਬ ਇਸ ਚੀਜ਼ ਤੋਂ ਭੈ ਜਾਂ ਡਰ ਤਾਂ ਆਉਂਦਾ ਹੋਊਗਾ ਜਦੋਂ ਉਹਨਾਂ ਨੂੰ ਟੀਵੀ ਚੈਨਲ ਦੇ ਇੱਕ ਪੱਤਰਕਾਰ ਤੋਂ ਡਰਨ ਲੱਗਦਾ ਤਾਂ ਹੁਣ ਜਿੱਕਰ ਦੇਸ਼ ਦੇ ਵਿੱਚ ਇੱਕ ਭਾਰਤ ਜੋੜੋ ਯਾਤਰਾ ਹੋ ਰਹੀ ਹੈ ਤਾਂ ਉਸ ਯਾਤਰਾ ਤੋਂ ਵੀ ਇਨਸਿਕਿਓਰ ਦਾ ਫੀਲ ਕਰੂਗੀ ਸੱਤਾ ਤੇ ਬਹੁਤ ਕੁਝ ਝੂਠ ਦੇ ਉੱਤੇ ਬੀਸਥ ਹੋਵੇ ਬਹੁਤ ਕੁਝ ਜਿਹੜਾ ਹੈਗਾ ਨਫਰ ਦੇ ਉੱਤੇ ਬੀਸਥ ਹੋਵੇ ਬਹੁਤ ਕੁਝ ਜਿਹੜੀ ਹੈਗੀ ਆ ਤੁਹਾਡੀ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਵਟਸਐਪ ਜਿਹੜੀ ਯੂਨੀਵਰਸਿਟੀ ਦੇ ਉੱਤੇ ਬੇਸ ਹੋਵੇ ਉਹਦਾ ਭਾਂਡਾ ਤਾਂ ਫੁੱਟਣਾ ਹੀ ਫੁੱਟਣਾ ਹੈ ਬੀਜੇਪੀ ਦਾ ਪੋਸੀਬਲੀ ਪੋਸੀਬਲੀ ਬਿਹਤਰ ਰਾਜਨੀਤੀ ਤੇ ਕੁਝ ਨਹੀਂ ਕਿਹਾ ਜਾ ਸਕਦਾ ਮੈਨੂੰ ਲੱਗਦਾ ਕਿ ਉਹਦਾ ਪੀਕ ਹੋ ਗਿਆ ਜਿਸ ਕਿਸਮ ਦੀਆਂ ਘਟਨਾਵਾਂ ਹੋ ਰਹੀਆਂ ਬਿਹਾਰ ਦੀ ਤੇ ਫਿਰ ਤਾਂ ਅੰਪਲ ਲੈ ਲਓ ਯੂਪੀ ਦੀਆਂ ਜਿਹੜੀਆਂ ਹੁਣ ਇਲੈਕਸ਼ਨ ਹੋਈ ਆ ਹੋਰ ਨਾਲ ਸਾਹਮਣੇ ਬਾਈ ਇਲੈਕਸ਼ਨਸ ਹੋਈਆਂ ਵਾਂ ਜਿਸ ਕਿਸਮ ਦੀ ਜਿਹੜੀ ਖਾਸ ਕਰਕੇ ਬੀਜੇਪੀ ਦੇ ਅੰਦਰਲੇ ਪਾਸੇ ਹੱਲ ਜਿਹੜੀ ਜਿਹੜੇ 10 ਦੇ ਲੋਕ ਆ ਟਕਸਲਬਾਜੀ ਚੱਲ ਰਹੀ ਆ ਕਿਸਾਨੀ ਅੰਦੋਲਨ ਵਾਲਾ ਪਾਸਾ ਵੀ ਉਹਦੇ ਵਿੱਚ ਹੈਗਾ ਵਾ ਤਾਂ ਬੀਤੇ ਵੀ ਇੱਕ ਚੈਲੰਜ ਤਾਂ ਹੈਗਾ ਕੁਝ ਲੋਕ ਤਾਂ ਇਹ ਮੰਨਦੇ ਆ ਕਿ 2024 ਦੇ ਵਿੱਚ ਇਹਨੂੰ ਖਾਸਾ ਚੈਲੰਜ ਜਿਹੜਾ ਚੜ੍ਹਨਾ ਪਊ ਕਿਉਂਕਿ اپੋਜੀਸ਼ਨ ਪਾਰਟੀਆਂ ਦੇ ਵਿੱਚ ਹੁਣ ਇੰਡੀਵਿਜੂਅਲ ਸਟੇਕ ਇਹ ਨਹੀਂ ਹੈ ਨਤੀਸ਼ ਨੇ ਕਿਹਾ ਮੇਰੀ ਕੋਈ ਮਨਸ਼ਾ ਨਹੀਂ ਹੈ ਮੰਮਤਾ ਵੀ ਸ਼ਾਇਦ ਇਹ ਕਹੀ ਕਾਂਗਰਸ ਹੁਣ ਇਹ ਨਹੀਂ ਕਲੇਮ ਕਰਦੀ ਵੀ ਮੈਂ ਬਹੁਤ ਵੱਡੀ ਪਾਰਟੀ ਹਾਂ ਜਾਂ ਕਾਂਗਰਸ ਨੂੰ ਇਹ ਕਹ ਦਈ ਨਹੀਂ ਕੀਤਾ ਜਾ ਸਕਦਾ ਵੀ ਇਹ ਖਾਨਦਾਨੀ ਵਾਲਾ ਕੰਮ ਹੈਗਾ ਉਹ ਤਾਂ ਬਿਲਕੁਲ ਹੀ ਦੂਸਰੀ ਆ ਗਏ ਹਾਂ ਇਹ ਜ਼ਰੂਰ ਹੈਗਾ ਕਿ ਜੇ ਕਾਂਗਰਸ Madhya Pradesh ਦੇ ਵਿੱਚ Gujarat ਦੇ ਵਿੱਚ ਅਗਲੇ ਸਾਲ ਵਿੱਚ ਹੋਣ ਵਾਲੀਆਂ ਵੱਡੀਆਂ ਸਟੇਟਾਂ ਬਣ ਚੰਗਾ ਪਰਫਾਰਮ ਕਰਦੀ ਹੈ ਜਿਹਦੀ ਪੋਸਿਬਿਲਟੀ ਬਹੁਤ ਜ਼ਿਆਦਾ ਹੈ ਪਿਛਲੀ ਵਾਰੀ ਵੀ Madhya Pradesh ਦੇ ਵਿੱਚ ਸਰਕਾਰ ਬਣ ਗਈ ਸੀ ਮੁੜ ਕੇ ਤੋੜ ਦਿੱਤੀ ਗਈ ਆਪਣੇ Karnataka ਦੇ ਵਿੱਚ ਵੀ ਨਾਨ BJP ਸਰਕਾਰ ਬਣ ਗਈ ਸੀ BJP ਨੇ ਬਹੁਤ ਬਾਹੂਬਲ BJP ਨੇ ਮੀਡੀਆ ਵਰਤ ਲਿਆ ਹਰ ਚੀਜ਼ ਦੀ ਆਪਣੀ ਪੀਕ ਹੁੰਦੀ ਹੈ ਔਰ ਇਹ ਤੋਂ ਅੱਗੇ ਨਹੀਂ ਜਾਇਆ ਜਾ ਸਕਦਾ ਫਿਰ ਲੋਕਾਂ ਦੀ ਐਕਸੈਪਟੇਬਿਲਟੀ ਨਹੀਂ ਬਣਦੀ ਉਸ ਤਰੀਕੇ ਦੇ ਨਾਲ ਤੋਂ ਇਹ ਗੱਲ ਠੀਕ ਹੈ ਕਿ ਬੀਜੇਪੀ ਲਈ ਬਹੁਤ ਮੰਥਨ ਦੀ ਗੱਲ ਆ ਉਹ ਵਰੀਡ ਹੋਣਗੇ ਔਰ ਜੇ ਬੀਜੇਪੀ ਦੇ ਵਿੱਚ ਕਿਤੇ ਇਹ ਚੈਲੰਜ ਆਉਂਦਾ ਤੇ ਜਿਹੜੀ ਪ੍ਰੈਜ਼ੈਂਟ ਡਿਸਪੈਂਸੇਸ਼ਨ ਹੈਗੀ ਆ ਖਾਸ ਕਰਕੇ ਜਿਹੜੀ ਜੋੜੀ ਹੈਗੀ ਆ ਆਨਰੇਬਲ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਤੇ ਜਿਹੜੇ ਆਪਣਾ ਦੂਸਰਾ ਹੁੰਦਾ ਗ੍ਰਹਿ ਮੰਤਰੀ ਆ ਕਿਉਂਕਿ ਸਾਰਾ ਕੁਝ ਇਹ ਫੋਕਸਡ ਹੈ ਇਹਨਾਂ ਦੇ ਉੱਤੇ ਫੋਕਸ ਪੈ ਰਿਹਾ ਵਾ ਦੂਸਰੇ ਸਾਰੇ ਹਾਸ਼ੀਏ ਦੇ ਉੱਤੇ ਆ ਤੇ ਫਿਰ ਨਵੀਂ ਕੋਈ ਨਾ ਕੋਈ ਜਿਹੜੀ ਸਫਬੰਦੀ ਅਵਾਲਵ ਹੋਣ ਦੀ ਪੋਸਿਬਿਲਿਟੀ ਮੈਨੂੰ ਤਾਂ ਘੱਟੋ ਘੱਟ ਲੱਗਦਾ ਕਿ ਜਿੰਨਾ ਲੋਕਾਂ ਨਾਲ ਥੋੜਾ ਬਹੁਤਾ ਮਿਲੇ ਆ ਜਾਂ ਹੋ ਹੋ ਹੈਗੇ ਆ ਕਿ ਐਰਕਾਂ ਉਦਾਂ ਨਹੀਂ ਹੋਊਗਾ ਜਿਦਾਂ 2019 ਦੇ ਵਿੱਚ ਹੋਇਆ ਸੀ ਐਰਕਾਂ ਕੁਝ ਵੱਖਰਾ ਹੋਊਗਾ ਜਿਹਦੇ ਨਾਲ ਹੋ ਸਕਦਾ ਨਵੇਂ ਸਮੀਕਰਨ ਬਣ ਔਰ ਨਵੇਂ ਸਮੀਕਰਨ ਦੇ ਵਿੱਚ ਜਿਹੜਾ ਹੈਗਾ ਜੇ ਬੀਜੇਪੀ ਵੀਕ ਹੁੰਦੀ ਹੈ ਤੇ ਬਾਈ ਡਿਫਾਲਟ ਕਿਉਂਕਿ ਹੁਣ ਦੇਖੋ ਨਾ ਕੰਸੈਂਸਸ ਪੋਲਟਿਸ ਬਹੁਤ ਵੱਧ ਗਈ ਮਹਾਰਾਸ਼ਟਰ ਜਿਹਨੇ ਨਹੀਂ ਚੱਲ ਸਕਦੀ ਤੇ ਨਾਲੇ ਚਲਾ ਲਈ ਜਿੰਨਾ ਚਿਰ ਤੋੜ ਬਣ ਨਹੀਂ ਹੋਈ ਜਾਰਖੰਡ ਦੇ ਵਿੱਚ ਚੱਲ ਰਹੀ ਆ। ਤੋਂ ਇਸ ਕਰਕੇ ਪੋਸਿਬਲੀ ਪੋਸਿਬਲੀ 2024 ਦੇ ਵਿੱਚ ਬੀਜੇਪੀ ਵਾਸਤੇ ਇੱਕ ਬਹੁਤ ਚੈਲੈਂਜਿੰਗ ਸਾਲ ਹੋਊਗਾ ਇੱਥੇ ਹੋ ਸਕਦਾ ਕਿ ਇਹਨਾਂ ਨੂੰ ਵੀ ਇੱਕ ਐਂਟੀ ਇਨਕੰਮਬੈਂਸੀ ਦਾ ਮੁਕਾਬਲਾ ਕਰਨਾ ਪਵੇ। ਸਖੋਂ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਰਾਹੁਲ ਗਾਂਧੀ ਹੋਰਾਂ ਦਾ ਆਈਡੀਆਸ ਆਫ ਇੰਡੀਆ ਕੀ ਜਿਵੇਂ ਆਪਾਂ ਰਾਹੁਲ ਗਾਂਧੀ ਹੋਰਾਂ ਦੀ ਉਦਾਹਰਨ ਲੈ ਲਈਏ ਕਿ ਜਦੋਂ ਮਤਲਬ ਤੁਸੀਂ ਫਿਰ ਗਰਾਊਂਡ ਲੈਵਲ ਦੇ ਵਿੱਚ ਚਿਰਦੇ ਹੋ ਟੋਡਾ ਲੋਕਾਂ ਦੇ ਨਾਲ ਰਾਬਤਾ ਬਣਦਾ ਟੋਡਾ ਫਿਰ ਮਾਈਂਡ ਵੀ ਸਫਰ ਕਰਦਾ ਕੀ ਉਹਦੇ ਚ ਫਿਰ ਜਿਹੜੀ ਚੀਜ਼ਾਂ ਨੂੰ ਸਮਝਣ ਦੀ ਸ਼ਮਤਾ ਹੁੰਦੀ ਹੈ ਉਹ ਵਧਣ ਦੇ ਕਾਰਨ ਕੀ ਫਿਰ ਲੀਡਰ ਦੀ ਕਪੈਸਿਟੀ ਵੀ ਵੱਧਦੀ ਹੈ ਲੋਕਾਂ ਦੇ ਵਿੱਚ ਵਿਚਾਰਨ ਦੇ ਕਾਰਨ ਗੱਲਾਂ ਨੂੰ ਸਮਝਣ ਦੇ ਕਾਰਨ ਵੀ ਅਸੀਂ ਲੀਡ ਕਰ ਪਾਵਾਂਗੇ ਅੱਗੇ ਇਹ ਦੇਖੋ ਵਜਿੰਦਰੀ ਨੇਚਰਲੀ ਮੈਂ ਕਿੰਨਾ ਵੀ ਜਦੋਂ ਤੁਸੀਂ ਆਪਾਂ ਸਾਰੇ ਜਦੋਂ ਤੁਸੀਂ ਪੱਤਰਕਾਰ ਜਦੋਂ ਫੀਲਡ ਦੇ ਵਿੱਚ ਜਾਂਦੇ ਜੋ ਤੁਹਾਡੇ ਕੋਲ ਐਮਪੀਰੀਕਲ ਹੈਵਿਡੈਂਸ ਆ ਜਾਂਦੇ ਆ ਤੁਸੀਂ ਲੋਕਾਂ ਨੂੰ ਆਪਣੀਆਂ ਅੱਖਾਂ ਨਾਲ ਹੀ ਵੇਖਦੇ ਜੋ ਤੁਸੀਂ ਕੰਨਾਂ ਨਾਲ ਹੀ ਸੁਣਦੇ ਨਹੀਂ ਆ ਤੁਸੀਂ ਆਪਣੀ ਜਿਹੜੀ ਸੈਂਸਸ ਯੂਜ਼ ਕਰਦੇ ਹੋ ਤੁਸੀਂ ਆਪਣੀ ਇਮੇਜਿਨੇਸ਼ਨ ਵਧਾਉਂਦੇ ਜੋ ਤਾਂ ਰਿਐਲਿਟੀ ਦੇ ਉੱਤੇ ਬੇਸ ਹੋਣਾ ਪੈਂਦਾ ਹੋ ਕੀ ਇਹ ਆ ਕਿ ਸਾਡੇ ਜਿੰਨਾ ਜਿਹੜੇ ਮਿਡਲਮੈਨ ਬਹੁਤੇ ਪੈਦਾ ਹੋ ਗਏ ਲੀਡਰਾਂ ਦੇ ਵਿੱਚ ਹੈ ਕਿ ਉਹਨਾਂ ਨੇ ਜੋ ਦੱਸਿਆ ਜਿੱਦਾਂ ਹੁਣ ਮੰਨ ਲਓ ਕਾਂਗਰਸ ਨੇ ਬਹੁਤ ਵੱਡਾ ਸਫਰ ਕੀਤਾ ਜਦੋਂ ਪੰਜਾਬ ਦੇ ਵਿੱਚ ਨਾ ਲੀਡਰਸ਼ਿਪ ਚੇਂਜ ਕਰਨੀ ਸੀਗੀ ਉਹ ਸਾਰਾ ਕੁਝ ਜਿਹੜੇ ਆਉਂਦੇ ਆਬਜ਼ਰਵਰ ਆਉਂਦੇ ਆ ਉਹ ਕਿਸ ਤਰੀਕੇ ਨਾਲ ਮੈਨੀਪੂਲੇਸ਼ਨ ਹੋਈ ਕਿ ਉਹ ਪੰਜਾਬ ਦੇ ਐਮਐਲਏ ਕੁਝ ਹੋਰ ਚਾਉਂਦੇ ਸੀਗੇ ਤੇ ਜਿਹੜੇ ਵਿੱਚ ਉੱਥੋਂ ਭੇਜੇ ਸੀਗੇ ਉਹਨਾਂ ਨੇ ਕੋਈ ਨਾ ਕੋਈ ਹੋਰ ਫਾਰਮੂਲਾ ਲੈ ਕੇ ਦੇ ਦਿੱਤਾ ਹੁਣ ਇਹਦੇ ਨਾਲ ਘਟੋ ਘਟ ਲੀਡਰ ਜਿੰਨਾ ਸਟੇਟਾਂ ਜੋ ਨੰਨ ਕੇ ਆਇਆ ਵਾ ਉਹਨਾਂ ਸਟੇਟਾਂ ਦੇ ਬਾਰੇ ਉਹਨਾਂ ਦੇ ਰੀਤੀ ਰਿਵਾਜਾਂ ਬਾਰੇ ਉਹਨਾਂ ਦੀ ਸਮਝ ਬਾਰੇ ਵੇਖੋ ਇਹ ਵਿਜ਼ਡਮ ਤੁਸੀਂ ਲੈਂਦੇ ਜੋ ਜਿੰਨਾ ਤੁਸੀਂ ਜ਼ਿਆਦਾਤਰ ਲੋਕਾਂ ਦੇ ਵਿੱਚ ਰਹਿੰਦੇ ਜੋ ਜਿੰਨਾ ਜੋ ਵਿਚਰਦੇ ਜੋ ਜ਼ਰੂਰੀ ਨਹੀਂ ਪੜ੍ਹਾਈ ਇੱਥੇ ਬਹੁਤੀ ਕੰਮ ਨਹੀਂ ਆਉਂਦੀ ਅਸੀਂ ਵੀ ਦੇਖਿਆ ਸਾਡੇ ਬਹੁਤ ਵੱਡੇ ਵੱਡੇ ਜਿਹੜੇ ਫਿਲਾਸਫਰ ਜਿਹੜੇ ਇਵਨ ਜਿਹੜੇ ਤੁਸੀਂ ਦੇਖੋ ਨਾ ਗੁਰੂ ਸਾਹਿਬਾਨ ਜਿਹੜੇ ਸੀਗੇ ਪਹਿਲੇ ਗੁਰੂ ਸੀਗੇ ਕਿੰਨੀ ਦੁਨੀਆ ਦੀ ਜਿਹੜੇ ਅਲਟੀਮੇਟ ਵਿਜ਼ਡਮ ਉਹਨਾਂ ਦੇ ਕੋਲ ਸੀਗੀ ਸੱਚ ਦੱਸਿਆ ਸੀਗਾ ਹੈ ਉਹ ਅੱਜ ਤੱਕ ਵੀ ਸੱਚ ਵਾ ਆਜ ਸੱਚੀ ਆ ਜੁਗਾਦ ਸੱਚੀ ਹੈਬੀ ਸੱਚ ਕਿੱਥੋਂ ਉਹਨਾਂ ਨੇ ਇਹ ਜਿਹੜਾ ਸੱਚ ਪ੍ਰਾਪਤ ਕੀਤਾ ਸੀ ਲੋਕਾਂ 'ਚ ਜਾ ਕੇ ਉਦਾਸੀਆਂ ਨਾਲ ਸਮਝ ਕੇ ਹਰ ਵੱਖਰੇ ਵੱਖਰੇ ਤਬਕੇ ਨੂੰ ਉਹਦੇ ਤੱਥ ਕੱਢੇ ਸੀਗੇ ਸਮਝ ਵੱਧ ਗਈ ਇਹ ਹੁਣ ਲੀਡਰ ਤੇ ਡਿਪੈਂਡ ਕਰਦਾ ਕਿ ਉਹ ਇੰਡੀਪੈਂਡ ਹੁੰਦਾ ਮੈਨੂੰ ਇਹ ਲੱਗਦਾ ਕਿ ਇਸ ਯਾਤਰਾ ਦੇ ਕੰਪਲੀਟ ਹੋਣ ਤੋਂ ਬਾਅਦ ਇਹ ਕੋਈ ਹੋਰ ਵੱਡੀ ਜ਼ਿੰਮੇਵਾਰੀ ਨਹੀਂ ਹੈ ਪਾਰਟੀ ਦੀ ਔਰ ਇਹ ਲੀਡਰ ਦੀ ਸਮਝ ਜਿਹੜੀ ਆ ਬਹੁਤ ਵੱਧੂਗੀ ਔਰ ਇਹਦੀ ਵੱਡੀ ਹੋਈ ਸਮਝ ਹੈਗੀ ਆ ਉਹ ਜਿਹੜੀ ਪਾਰਟੀ ਵਾਸਤੇ ਜਾਂ ਹੋਰ ਜਿਹੜੀਆਂ ਸਰਕਾਰਾਂ ਹੈਗੀਆਂ ਵਾਂ ਉਹਨਾਂ ਵਾਸਤੇ ਇੱਕ ਮਾਰਗਦਰਸ਼ਨ ਦਾ ਕੰਮ ਕਰ ਸਕਦੀ ਆ ਔਰ ਇਹ ਯੂਥ ਨੂੰ ਹਮੇਸ਼ਾ ਹੀ ਆਈਕਨ ਰਹੇ 18 20% ਤੋਂ ਘੱਟ ਵੋਟ ਘੱਟ ਹੀ ਨਹੀਂ ਇਹਨਾਂ ਦੀ ਕਦੀ ਵੀ ਸੀਟਾਂ ਨਹੀਂ ਜਿੱਦਾਂ ਗੱਲ ਦੂਸਰੀ ਹੈਗੀ ਆ ਪਰ ਇਹਨਾਂ ਪੁੱਛਦੇ ਵੀ ਸਿੰਗਲ ਜਿਹੜੀ ਮੇਰੀ ਆਪੋਜੀਸ਼ਨ ਦੀ ਲਾਰਜੈਸਟ ਪੋਲੀਟਿਕਲ ਪਾਰਟੀ ਹੈਗੀ ਆ ਖਾਸਿਅਤੇ ਆਣ ਕੇ ਵੀ ਕੋਈ ਹੋਰ ਪੋਲਿਟਿਕਲ ਪਾਰਟੀ ਭਾਵੇਂ ਆ ਮਾਰਦੇ ਫਿਰਦੇ ਆ ਜਿਹੜੇ ਆਪਣੇ ਵੱਤੋ ਵੱਦ ਆਮ ਆਦਮੀ ਪਾਰਟੀ ਨੇ ਇੱਕੋ ਇਲੈਕਸ਼ਨ ਲੜੀ ਆ ਤਾਕਤ ਦੇ ਆਉਣ ਦੇ ਵਿੱਚ ਉਹ ਸੰਗਰੂਰ ਵਾਲੀ ਕੀ ਬਣਿਆ ਇਹਦਾ ਟੱਪੜ ਰੋਲ ਕੇ ਰਾਸਤੇ ਲੋਕਾਂ ਨੇ ਉਹਦੇ ਵਿੱਚੋਂ ਹੂੰ ਉਹ ਤੋਂ ਬਾਅਦ ਖੇੜ ਹੀ ਪੁੱਠੀ ਪਾ ਦਿੱਤੀ ਤੋਂ ਇਸ ਕਰਕੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਇਹ ਠੀਕ ਆ ਸਮਾ ਕੋਲੀਸ਼ਨ ਦਾ ਹੈਗਾ ਭਾਈ ਵਾਲੀ ਦਾ ਸਮਾ ਹੈਗਾ ਪਾਈ ਵਾਲੀ ਦੇ ਵਿੱਚ ਹੁੰਦਾ ਕਿ ਵਨ ਫਾਰ 올올 ਫਾਰ ਵਨ ਤੁਸੀਂ ਦੂਸਰੇ ਨੂੰ ਸਪੇਸ ਦਿਓ ਹਾਲਾਤ ਇਦਾਂ ਦੇ ਬਣਦੇ ਰਹੇ ਆ ਜਾਂ ਬੀਜੇਪੀ ਦੀ ਲੀਡਰਸ਼ਿਪ ਨੇ ਬਣਾ ਦਿੱਤੇ ਆ ਜਾਂ ਜਿਹੜੀ ਇਸ ਵੇਲੇ ਰੂਲਿੰਗ ਪਾਰਟੀ ਨੇ ਬਣਾ ਦਿੱਤੇ ਆ ਕਿ ਲੋਕੀ ਕਹਿੰਦੇ ਆ ਵੀ ਇਹਨਾਂ ਤੋਂ ਛੁਟਕਾਰਾ ਪਾਉਣਾ ਚਾਹੀਦਾ ਜਿਹੜੀਆਂ ਇਹਦੀਆਂ ਨੀਤੀਆਂ ਹੈਗੀਆਂ ਜਿਹੜੀਆਂ ਲੋਕ ਮਾਰੂ ਨੀਤੀਆਂ ਹੈ ਕਿਸਾਨ ਮਾਰੂ ਨੀਤੀਆਂ ਹੈ ਔਰ ਇਸੇ ਪ੍ਰਪੇਖ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਜੇ ਥੋੜੀ ਬਹੁਤੀ ਹਿੰਮਤ ਕਿਸਾਨ ਮਾਰਨ ਤੇ ਇੱਕ ਰਾਹ ਆਮਾ ਤਿਆਰ ਹੋ ਸਕਦੀ ਹੈ ਜਿਹੜੀ ਥੋੜੀ ਜੀ ਮਿਸਾਲ ਰਿਕਤੌਲੀ ਦੇ ਵਿੱਚ ਹੁਣੇ ਪੋਜਾ ਫਰਨਾਗਰ ਦੀ ਵਿੱਚ ਇੱਕ ਇਲੈਕਸ਼ਨ ਹੋਈ ਆ ਕਿ ਭਾਜਪਾ ਨੇ ਸਾਰਾ ਜੋਰ ਲਾਉਣ ਦੇ ਬਾਵਜੂਦ ਵੀ ਉਹ ਜਿਹੜੀ ਆਪਣੀ ਉੱਥੇ ਆਰਐਲਡੀ ਨੇ ਜਿਹਨੂੰ ਇਹ ਰਾਈਟ ਆਫ ਕਰ ਚੁੱਕੇ ਸੀਗੇ ਉਹ ਬੜੇ ਕੰਫਰਟੇਬਲ ਜਿਹੜੀ ਹੈਗੀ ਤਰੀਕੇ ਦੇ ਨਾਲ ਉਹ ਇਲੈਕਸ਼ਨ ਜਿੱਤੀ ਆ। ਸੋ ਜੇ ਇਦਾਂ ਦਾ ਹੀ ਸ਼ੁਰੂ ਹੋ ਜਾਵੇ ਤੁਸੀਂ ਬਿਹਾਰ ਨੂੰ ਇਕੱਠੇ ਹੋ ਗਏ ਉਹਦੇ ਵਿੱਚੋਂ ਸੱਤ ਪਾਰਟੀਆਂ ਬਿਹਾਰ ਦੇ ਇਕੱਠੀਆਂ ਹੋ ਗਈਆਂ ਕੋਈ ਰੌਲਾ ਨਹੀਂ ਐਮਐਲ ਵਾਲੇ ਵੀ ਨਾਲ ਹੈਗੇ ਆ। सीपीआई या सीपीएम एमएल एचएम है जि तद एल यू है दूसरा है सारे इकट्ठे हो जान ते एदे ना त फिर बहुत फर्क पेटा तो आस कर सकदे आस करनी चाहिदी है और एदे लिए कोशिश भी करनी चाहिदी सारे नु जो जे कोई कर सकदा के सानू एक उस दी लोड जेड़ा निजाम दी ਲੋੜ ਹੈਗੀ ਆ ਜਿਹੜਾ ਨਿਜਾਮ ਲੋਕਾਂ ਪ੍ਰਤੀ ਹੋਵੇ ਜਿਹੜਾ ਸੈਕੂਲਰ ਹੋਵੇ ਜਿਹਦੇ ਵਿੱਚ ਮਿਨੋਰਟੀਜ਼ ਨੂੰ ਜਿਹੜੀ ਹੈਗੀ ਉਹ ਸਪੇਸ ਦਿੱਤੀ ਜਾਵੇ ਮਿਨੋਰਟੀ ਦਾ ਇਹਨਾਂ ਨੇ ਫੈਲੋਸ਼ਿਪ ਬੰਦ ਕਰ ਦਿੱਤੀ ਆ ਇਹ ਮਰਮੋਹ ਸਿੰਘ ਦੇ ਸਮੇਂ ਚੱਲਦੀ ਸੀਗੀ ਖਾਸ ਕਰਕੇ ਸਿੱਖ ਵੀ ਬੜੇ ਬੱਚਿਆਂ ਨੇ ਪੀ.ਐਨ.ਡੀ ਕੀਤੀ ਬੜਿਆਂ ਨੇ ਐਮ.ਫਿਲ ਕੀਤੀ ਇਹਨਾਂ ਨੇ ਦੂਸਰੇ ਮੁਸਲਮਾਨ ਭਾਈਚਾਰਾ ਸੀਗਾ 크ਰਿਸਚੀਅਨ ਸੀਗੇ ਜੈਨੀ ਵੀ ਸੀਗੇ ਸਾਰਿਆਂ ਨੇ ਕੀਤੀ ਤਾਂ ਇਹ ਜਿਹੜਾ ਖਾਸ ਕਰਕੇ ਏਡਾ ਵੱਡਾ ਤਬਕਾ ਹੈ ਕੋਈ ਸਮਾਜ ਉਹਨਾਂ ਚਿਰ ਕੋਈ ਦੇਸ਼ ਦੇ ਵਿੱਚ ਸ਼ਾਂਤੀ ਨਹੀਂ ਰਹਿ ਸਕਦੀ ਜਿੰਨਾ ਚਿਰ ਉੱਥੇ ਘੱਟ ਭਾਈਚਾਰੇ ਨੂੰ ਇੱਜ਼ਤ ਤੇ ਉਹਨਾਂ ਦਾ ਖਿਆਲ ਨਾ ਰੱਖਿਆ ਜਾਵੇ ਇਹ ਸਰਕਾਰ ਹੁਣ ਕੇਂਦਰ ਦੀ ਉਲਟੇ ਪਾਸੇ ਵੱਲ ਪਈ ਆ ਇਹ ਤਾਂ ਲੋਕਾਂ ਦੇ ਡਿਪੈਂਡ ਕਰਦਾ ਵੀ ਹੁਣ ਲੋਕ ਇਹਨੂੰ ਕਿਸ ਤਰੀਕੇ ਦੇ ਨਾਲ ਤੇ ਮੈਨੂੰ ਇਹ ਆਸ ਹੈ ਕਿ ਵੀ 2024 ਦੇ ਵਿੱਚ ਕੋਈ ਨਾ ਕੋਈ ਚੰਗਾ ਸੁਣਨ ਨੂੰ ਵੇਖਣ ਨੂੰ ਜਿਹੜਾ ਮਿਲੂਗਾ ਤੇ ਇੱਕ ਨਵੇਂ ਇੰਡੀਆ ਦੀ ਜਿਹੜੀ ਹੈਗੀ ਆ ਉਹਦੀ ਇੱਕ ਨਵੀਂ ਆਗਾਜ਼ ਹੋਊਗਾ ਜਿੱਦਾਂ ਕਦੀ 1977 ਦੇ ਥੋੜੇ ਸਮੇਂ ਲਈ ਹੋਇਆ ਸੀਗਾ ਤੇ ਉਹਦੇ ਵਿੱਚ ਸ਼ਾਇਦ ਭਾਰਤ ਜਿਹੜਾ ਯਾਤਰਾ ਜਿਹੜੀ ਆ ਇਹਦੀ ਵੀ ਆਪਣੀ ਕੰਟਰੀਬਿਊਸ਼ਨ ਜਿਹੜੀ ਆ ਉਹ ਨੋਟ ਡਾਊਨ ਕੀਤੀ ਜਾਊਗੀ ਜੀ ਬਿਲਕੁਲ ਸਿੱਖੋ ਸਾਹਿਬ ਇਹੋ ਵਿਚਾਰ ਇਹ ਬਹੁਤ-ਬਹੁਤ ਸ਼ੁਕਰੀਆ ਸਮਾਂ ਦਿੱਤਾ ਧੰਨਵਾਦ ਤੁਹਾਡਾ ਬੈਂਸੀ ਥਿੰਕ ਦੋਸਤੋ ਮੇਰੇ ਨਾਲ ਜਿਹੜੇ ਹੋਏ ਸੀ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ ਸੇਖੋਂ ਸਾਹਿਬ ਨਾਲ ਅਸੀਂ ਇੱਕ ਤਾਂ ਪੰਜਾਬ ਦੇ ਵਿੱਚ ਜਿਹੜੀ ਆਪਣੀ ਜ਼ੀਰਾ ਫੈਕਟਰੀ ਦਾ ਮਾਮਲਾ ਉਹ ਸਬਾਬਤ ਗੱਲਬਾਤ ਕੀਤੀ ਤੇ ਦੂਜੇ ਪਾਸੇ ਗੱਲਬਾਤ ਕੀਤੀ ਆਪਾਂ ਨੇ ਕਿ ਭਾਰਤ ਜੋੜੋ ਯਾਤਰਾ ਦੇ ਉੱਤੇ ਸੋ ਭਾਰਤ ਜੋੜੋ ਯਾਤਰਾ ਦੇ ਅਲੱਗ-ਅਲੱਗ ਅੱਗੇ ਜਾ ਕੇ ਕਹਿ ਸਕਦੇ ਆਪਾਂ ਪਾਰਟੀ ਵਲੋਂ ਐਪੀਸੋਡ ਹੋਣਗੇ ਤੇ ਜੇ ਕੁਝ ਮਤਲਬ ਡਿਵੈਲਪਮੈਂਟਸ ਹੋਣਗੀਆਂ ਇਸੇ ਯਾਤਰਾ ਦੇ ਵਿੱਚ ਤਾਂ ਸੇਖੋਂ ਸਾਹਿਬ ਨਾਲ ਅਸੀਂ ਅੱਗੇ ਜਾ ਕੇ ਜ਼ਰੂਰ ਇਸ ਸੰਬੰਧੀ ਗੱਲਬਾਤ ਕਰਦੇ ਰਹਾਂਗੇ